जेपी बाउंसर फरीदकोट तो बई उस बाउंसर ते जे मैं कहां ता बड़िया कंप्लेंटा हो गई बई सिद्धू मूसेवाले का गाना सी ना तेरे उत्ते का तो एवें लगदे नहीं मैं चलनो हटाते बलिए कित ना कि बई ते टुकन लग गया। परिवार वालों कुछ ऐसा चीज़ा हुई कि फादर साहब फौज के शहीद होए उस तो बाद कला इकलौता घरद्या का मापिया का पुत जिसने घर की कबीलदारी चक्की गरीबी चो परिवार को बाहर कढ़िया तो अज जब चंगा ना बनिया तो हर एक बंदा उते लगन लग गया। बड़े बड़े नामी कलाकारां दे नाल सिक्योरिटी लैके जांदा पर बड़े बड़े नामी कलाकार किन्ना क नाल खड़दे ने ते किन्ने के यार ने जिहड़े अजकल यार ते ही कंप्लेंटा करी जांदे ने FIR कराई जांदे ने। एक पेंशन चो माता मेरी फीस भरदी सी एक पेंशन चो साडे घरे सौदा आउंदा सी बई ते उस टाइम च अज दा जेपी बई वह गड्डिया च रहिंदा जिहड़ियां च मतलब कि जेपी ने चाहिया भी नहीं सीगा भी आ गड्डी च जेपी सिया तू चढ़ जाए ठीक है गड्डी च जेपी घूमदा वह गड्डिया च जेपी घूमदा बई अज ठीक है ते किसी टाइम 2006 दे विच एक सैकल लैन नूं पैसे आणी सी बई घर दिआं नूं वह भी किस्तां ते लिया सी मेरी माता ने ते जिदे सैकल लिआंदा सी सानूं मैं ना अज दी रेंज रोवर ला लो ते उस टाइम च सैकल ला लो इन्ना चा चढ़ गया सी कोटकपुरों सैकल लिया सी बई बत्तियां वाले चौंक दे नाल दुकानां छेक दुकानां छड्ड के 500 रुपया किस्त बई वह टाइम रोना आउंदा बई वह गल याद करके भी किसी टाइम सैकल लैन नूं पैसे आणी सी साडे कोल। मैं बई बब्बू मान नाल भी गया जी आरनेत बई नाल भी गया बई गगन कोकरी नाल भी गया बई विरासत संधु नाल भी गया बई करमजीत अनमोल फिल्मी इंडस्ट्री दे उन्हां नाल भी गया सारे मतलब तकरीबन सिंगरां नाल जा चुके तरसेम जसड़ बई नाल भी जा चुके बई मेरे पट ते सट लग गई सीगी मैं डिग पिया सीगा मोटरसाइकल तो रात नूं मैं काम तो आउंदा सीगा ते बुलट तो डिग पिया सीगा ते हफ्ता मेरी किसी ने बात नहीं पुछी उदों आपां जे फोन लाईए ना किसी नूं ਬਾਈ ਜੀ ਨਹੀਂ ਤਾਂ ਬਿਜ਼ੀ ਬਾਈ ਜੀ ਤਾਂ ਬਿਜ਼ੀ ਨੇ ਕਲਾਕਾਰ ਕਹਿੰਦੇ ਹਾਂਜੀ ਕਹਿੰਦੇ ਆ ਬਾਈ ਕਲਾਕਾਰ ਜਿਹੜੇ ਕਹਿੰਦੇ ਨੇ ਵੀ ਸਾਡੇ ਪਿੱਛੇ ਤਾਂ ਹਜ਼ਾਰਾਂ ਬੱਗ ਤੁਰਦਾ ਸਾਡੇ ਪਿੱਛੇ ਸਾਡੀ ਇੱਕ ਕਾਲ 'ਤੇ ਇੱਥੇ ਇਕੱਠ ਕਰ ਦਾਂਗੇ ਇੱਥੇ ਜੇ ਮੇਰਾ ਪਤਾ ਲੱਗੇ ਵੀ ਇੱਥੇ ਮੇਰਾ ਸ਼ੋਅ ਹੈ ਇੱਥੇ 200-300 ਹਜ਼ਾਰ ਬੰਦਾ ਤਾਂ ਐਂ ਮਿੰਟ 'ਚ ਇਕੱਠਾ ਹੋ ਜੂਗਾ ਅਸਲ ਵਿੱਚ ਕਲਾਕਾਰਾਂ ਦੇ ਪੱਲੇ ਕੁਛ ਹੁੰਦਾ ਵੀ ਹੈ ਕਿ ਬਸ ਕਹਿਣ ਦੀ ਗੱਲ ਮੈਂ ਬਹੁਤ ਵੇਖਿਆ ਬਾਈ ਆਪਦੇ ਸਾਹਮਣੇ ਅੱਖੀ ਕਰਦੇ ਕੰਮ ਪਰ ਆਪਾਂ ਨਾ ਨਹੀਂ ਲੈਣਾ ਬੰਦੇ ਦਾ ਕੀ ਕੰਮ ਕਰਦੇ ਵੀ ਆਹੀ ਬਈ ਪੁੱਠੇ ਸਿੱਧੇ ਕੰਮ ਆ ਜਿਵੇਂ ਕਿ ਲਾ ਲਓ ਹੁਣ ਤੁਸੀਂ ਆਪ ਹੀ ਸਮਝ ਲਓ ਪੁੱਠੇ ਸਿੱਧਾਂ ਦੇ ਆਪ ਹੀ ਲੋਕ ਸਮਝ ਜਾਣਗੇ ਆਪਾਂ ਕਹਿੰਦੇ ਉਹਦੀ ਅੱਖੀ ਸਾਹਮਣੇ ਹੁੰਦਾ ਰਿਹਾ ਹਾਂ ਹਾਂ ਬਈ ਹੁੰਦਾ ਰਿਹਾ ਜਿਵੇਂ ਚੰਡੀਗੜ੍ਹੋਂ ਮੈਂ ਜਾਣਾ ਫਰੀਦਕੋਟ ਲੇਟ ਹੋ ਗਿਆ ਰਾਤ ਨੂੰ 12 ਵੱਜ ਗਿਆ 1 ਵੱਜ ਗਿਆ ਜਾਂ ਕਿਤੋਂ ਵੀ ਲਾ ਲਓ ਮੈਂ ਲੇਟ ਹੁੰਦਾ ਕਿਉਂਕਿ ਬਈ ਜਦੋਂ ਮੇਰੇ ਸਟਰਗਲ ਦੇ ਦਿਨ ਸੀ ਮੈਂ ਬੱਸਾਂ 'ਤੇ ਧੱਕੇ ਖਾਧੇ ਬੱਸਾਂ 'ਤੇ ਰਾਤ ਨੂੰ ਟਰੱਕਾਂ 'ਤੇ ਹੱਥ ਦੇ ਦੇ ਕੇ ਛੋਟੇ ਹਾਥੀਆਂ 'ਤੇ ਹੱਥ ਦੇ ਕੇ ਆਉਣਾ ਮੈਂ ਉਦੋਂ ਕੋਈ ਮਾੜੇ ਟਾਈਮ ਬਈ ਕੋਈ ਨਹੀਂ ਸਾਥ ਦਿੰਦਾ ਕੋਈ ਨਹੀਂ ਸਾਥ ਦਿੰਦਾ ਇਹ ਆ ਹੁਣ ਜੇਪੀ ਇੰਨੇ ਕੁ ਯੋਗਾ ਹੋ ਗਿਆ ਵੀ ਗੁਰੂ ਗੋਬਿੰਦ ਸਿੰਘ ਮੈਡੀਕਲ ਦੇ ਵਿੱਚ ਨਾ ਮੇਰਾ ਪੋਸਟਰ ਲਾਇਆ ਹੋਇਆ ਬਈ 6 ਸਾਲ ਹੋ ਗਏ ਕਿਸੇ ਨੂੰ ਬਲੱਡ ਦੀ ਜ਼ਰੂਰਤ ਆ ਕਿਸੇ ਗਰੀਬ ਨੂੰ ਕਿਸੇ ਪੈਸਿਆਂ ਦੀ ਜ਼ਰੂਰਤ ਆ ਜਿੰਨੇ ਯੋਗਾ ਜੇਪੀ ਹੋਇਆ ਕਰਦਾ ਮੈਂ ਵੀਡੀਓ ਕੀਤੀ ਸੀ ਪਿੱਛੇ ਜੇ ਇੱਕ ਬਾਊਂਸਰ ਦੀ ਉਹਨੂੰ ਅਸਲ ਦੇ ਵਿੱਚ ਲੋੜ ਸੀ ਇੱਕ ਹਾਲਾਤ ਪਰਿਵਾਰ 'ਤੇ ਕੁਛ ਇਸ ਤਰੀਕੇ ਦੇ ਬਣ ਗਏ ਸੀਗੇ ਕਿ ਉਹਨੂੰ ਅਸਲ ਦੇ ਵਿੱਚ ਮਦਦ ਦੀ ਲੋੜ ਸੀ ਜਦੋਂ ਮਦਦ ਵਾਸਤੇ ਵੀਡੀਓ ਪਾਈ ਤਾਂ ਕੁਛ ਉਸਦੇ ਆਪਦੇ ਸਾਥੀ ਹੀ ਜਿਹੜੇ ਉਸਦੇ ਨਾਲ ਬੈਠ ਕੇ ਰੋਟੀ ਖਾਂਦੇ ਸੀਗੇ ਉਹਨਾਂ ਨੇ ਉਸਦੇ ਖਿਲਾਫ਼ ਬੋਲਣਾ ਸ਼ੁਰੂ ਕਰਤਾ ਥੋੜ੍ਹੇ ਕੁ ਦਿਨਾਂ ਬਾਅਦ ਮੁੰਡਿਆਂ ਨੇ ਜਿਹੜੇ ਸਿੱਧੀ ਬਾਈ ਨਾਲ ਚੱਲਦੇ ਆ ਉਹਨਾਂ ਦੀ ਇੰਟਰਵਿਊ ਕੀਤੀ ਬਾਈ ਨੇ ਇੱਕ ਨੇ ਬਠਿੰਡੇ ਤੋਂ ਅਤੇ ਉਹ ਬਾਈ ਹੋਰੀ ਯਾਰ ਬੇਲੀ ਕਹਿੰਦੇ ਵੀ ਯਾਰ ਉਹ ਤਾਂ ਨਸ਼ਾ ਕਰਦਾ ਉਹਦੀ ਤਾਂ ਗਲਤ ਸੰਗਤ ਆ ਮੰਨ ਕੇ ਚਲੋ ਤੁਹਾਡੇ ਨਾਲ ਚਾਹ ਦਾ ਕੱਪ ਪੀ ਲਿਆਣਾ ਅਤੇ ਮੇਰੀ ਯਾਰੀ ਸ਼ੁਰੂ ਆ ਅਤੇ ਕੱਲ੍ਹ ਮੈਂ ਤੁਹਾਡੇ ਬਾਰੇ ਤੁਸੀਂ ਮੇਰੇ ਤੋਂ ਵੱਖ ਹੋ ਜਾਓ ਅਤੇ ਮੈਂ ਤੁਹਾਡੇ ਬਾਰੇ ਗਲਤ ਬੋਲਾਂ ਉਹ ਮੇਰੇ ਹੱਥੇ ਗਲਤ ਗੱਲ ਆ ਬੰਦੇ ਦਾ ਅੱਜ ਪਰਿਵਾਰ ਮਿਲਾਤਾ ਪਰਿਵਾਰ ਮਿਲਾਤਾ ਸਾਰੀ ਮਤਲਬ ਦੁਨੀਆਂ ਨੇ ਉਹਦੀ ਇੰਟਰਵਿਊ ਦੇਖੀ ਭੈਣਾਂ ਭਰਾਵਾਂ ਨੇ ਅਤੇ ਉਹਦਾ ਅੱਜ ਪਰਿਵਾਰ ਮਿਲ ਗਿਆ ਉਹਨੂੰ ਕਿੰਨੀ ਖੁਸ਼ੀ ਹੋਈ ਹੁਣ ਤੁਸੀਂ ਉਹ ਬੰਦੇ ਦੇ ਵੇਖ ਲਓ ਵੀ ਜਿਹਦੇ ਉਹਦੀ ਇੰਟਰਵਿਊ ਪਹਿਲੇ ਦਿਨ ਹੋਈ ਸੀ ਅਤੇ ਉਹਦੀ ਸਿਹਤ ਕਿਵੇਂ ਸੀ ਅਤੇ ਹੁਣ ਉਹਦੀ ਇੰਟਰਵਿਊ ਹੋਈ ਪਰਿਵਾਰ ਮਿਲਿਆ ਅਤੇ ਹੁਣ ਦੱਸੋ ਮੈਨੂੰ ਵੀ ਕਿਹੜਾ ਬੰਦਾ ਆਉਂਦਾ ਉਹ ਨਸ਼ੇ ਕਰਦਾ ਮੈਂ ਕਿਸੇ ਨਾਲ ਜਾ ਰਿਹਾ ਸਿੰਗਰ ਨਾਲ ਅਤੇ ਗਾਂ ਮੈਂ ਕਿਸੇ ਨੂੰ ਕਹਿਤਾ ਵੀ ਫਲਾਨਿਆ ਮੈਂ ਅੱਜ ਨਹੀਂ ਆ ਸਕਦਾ ਤੂੰ ਜਾ ਤੂੰ ਅੱਜ ਬਾਈ ਦੇ ਨਾਲ ਜਾਣਾ ਉਹਨੇ ਕੀ ਕਰਨਾ ਉਹਨੇ 2-3 ਦਿਨ ਨਾਲ ਜਾ ਕੇ ਉਹਨੇ ਇਹੋ ਜਿਹੀਆਂ ਟੋਪੀਆਂ ਘੁਮਾਉਣੀਆਂ ਵੀ ਮੈਨੂੰ ਬਦਨਾਮ ਕਰ ਦੇਣਾ ਅਤੇ ਆਪ ਗਾਂਹ ਹੋ ਜਾਣਾ ਵੀ ਜੇਪੀ ਸਿੰਘ ਆਪਦਾ ਸਾਈਡ 'ਤੇ ਰਹਿ ਜੇ ਅਤੇ ਮੈਂ ਸਿੱਧਾ ਕੰਟੈਕਟ ਕਰਾਂ ਬਾਈ ਨਾਲ ਇਹ ਹੋਇਆ ਤੁਹਾਡੇ ਨਾਲ ਵੈਸੇ ਅਸਲ ਦੇ ਵਿੱਚ ਤਾਂ ਬਾਈ ਹੁੰਦਾ ਤੁਹਾਡੀ ਇੰਟਰਵਿਊ ਵੇਖ ਕੇ ਕਈ ਬਾਊਂਸਰ ਤੁਹਾਡੇ ਅਗੇਂਸਟ ਹੋ ਜਾਣ ਫਿਰ ਬਾਈ ਬਾਊਂਸਰ ਭਰਾ ਹੋ ਜਾਣ ਪਰ ਬਾਊਂਸਰ ਬਾਈਆਂ ਨੂੰ ਪਤਾ ਹੀ ਆ ਵੀ ਅੱਜ ਕੱਲ੍ਹ ਜਿਹੜਾ ਤਰੀਕਾ ਚੱਲਦਾ ਕਿ ਦੂਜੇ ਬਾਊਂਸਰ ਨੂੰ ਸੈੱਟ ਕੇ ਆਪ ਅੱਗੇ ਹੋਣਾ ਇਹ ਗਲਤ ਗੱਲ ਆ ਬਾਈ
ਉਸ ਉਹਦੇ ਨਾਲ ਬਾਊਂਸਰ ਸੀ ਉਹਨੇ ਧੱਕਾ ਮਾਰਤਾ ਸੀ ਤੇ ਉਹ ਧੱਕਾ ਕਿਤੇ ਮੁੰਡੇ ਨੂੰ ਜ਼ਿਆਦਾ ਲੱਗ ਗਿਆ ਉਹਦੇ ਸੱਟ ਫੇਟ ਲੱਗ ਗਈ ਤੇ ਅਕਸਰ ਇਹ ਬਦਨਾਮੀ ਬਾਊਂਸਰਾਂ ਤੇ ਲੱਗੀ ਹੋਈ ਹੈ ਕਿ ਧੱਬਾ ਜਿਹੜਾ ਆ ਉਹ ਬਾਊਂਸਰ ਤੇ ਲੱਗਿਆ ਹੋਇਆ ਕਿ ਬਦਮਾਸ਼ੀ ਕਰਦੇ ਨੇ ਬਾਊਂਸਰ ਚੜਾਇਆ ਵੀ ਉਹਨਾਂ ਲੋਕਾਂ ਨੇ ਹੀ ਹੁੰਦਾ ਜਿਹੜੇ ਫੋਟੋਆਂ ਕਰਾਉਣ ਆਉਂਦੇ ਆ ਤੇ ਲਾਉਂਦੇ ਵੀ ਉਹ ਚੁੱਟ ਗਈ ਜਾ ਫਿਰ ਕਹਿੰਦੇ ਚੱਲ ਫਿਰ ਹੁਣ ਨਹੀਂ ਤੇ ਚੱਲਦਾ ਤੇ ਉਹ ਵਾਕਈ ਨਹੀਂ ਚੱਲਦੇ ਬਾਅਦ ਚ ਭਮੀਰੀਆਂ ਹੀ ਹੁੰਦੀਆਂ ਦੋ ਤਿੰਨ ਸਾਲ ਲਾ ਲਈਆਂ ਬਾਅਦ ਚ ਤਾਂ ਬਾਅਦ ਚ ਨਹੀਂ ਚੱਲਦੇ ਮੈਂ ਜਦੋਂ ਮਤਲਬ ਮੇਰਾ ਨਾਂ ਹੈ ਨਹੀਂ ਸੀ ਮੈਂ ਕਹਿੰਦਾ ਸੀ ਵੀ ਲੋਕਾਂ ਦੇ ਉੱਤੇ ਫੋਨ ਆਉਣ ਵੀ ਜੇ ਪੀ ਸਿਆਹ ਤੈਨੂੰ ਸਨਮਾਨ ਕਰਨਾ ਜੇ ਪੀ ਸਿਆਹ ਤੈਨੂੰ ਸੱਦਣਾ ਹੈ ਨਾ ਅਤੇ ਕੱਲ੍ਹ ਮੈਂ ਮੈਨੂੰ ਫੋਨ ਆਉਣ ਲੱਗ ਪੈਣ ਮੈਂ ਪਰਮਾਤਮਾ ਤੋਂ ਇੱਕ ਮੰਗ ਕੀਤੀ ਆ ਮੈਨੂੰ ਲੋਕਾਂ ਦੇ ਫੋਨ ਆਉਣ ਕੱਲ੍ਹ ਮੈਂ ਮੈਨੇਜਰ ਰੱਖ ਲਾਂ ਵੀ ਫੋਨ ਚੱਕਣ 'ਤੇ ਅਤੇ ਕੱਲ੍ਹ ਬੰਦਾ ਮੇਰਾ ਫੋਨ ਚੱਕ ਕੇ ਕਹੇ ਹੈਲੋ ਹਾਂਜੀ ਜੇ ਪੀ ਸਾਹਿਬ ਬਾਈ ਜੀ ਤਾਂ ਬਿਜ਼ੀ ਨੇ ਦਿਹਾੜੀ ਹੁੰਦੀ ਆ ਬਾਈ ਸਾਡੀ ਤਾਂ ਸਾਡੀ ਕਿਹੜਾ ਕੋਈ ਸਰਕਾਰੀ ਨੌਕਰੀ ਆ ਵੀ 60,000 ਤਨਖਾਹ ਲੈਣੀ ਆ ਠੀਕ ਆ ਮੇਰੇ 'ਤੇ ਤਾਂ ਕਈ 60-60 ਲੈਣ ਵਾਲੇ ਵੀ ਔਖੇ ਹੋ ਜਾਂਦੇ ਆ ਕਈ ਵਾਰੀ ਅੱਛਾ ਮੈਂ ਸੁਣਿਆ ਬਾਈ ਤੁਹਾਡੇ ਨਾਂ 'ਤੇ ਤਾਂ ਤੁਸੀਂ ਤਾਂ ਡੀ ਐਸ ਪੀ ਤੱਕ ਕੋਲ ਬੜੀਆਂ ਪੇਸ਼ੀਆਂ ਭੁਗਤੀਆਂ ਨੇ ਕੰਪਲੇਂਟਾਂ ਬਹੁਤ ਹੋ ਗਈਆਂ ਤੁਹਾਡੇ 'ਤੇ ਇਸੇ ਕਰਕੇ ਵੀ ਜੇ ਪੀ ਦੀ ਸਿਕਿਉਰਿਟੀ ਨਹੀਂ ਲਾਉਣੀ ਸਾਡੀ ਸਿਕਿਉਰਿਟੀ ਲਾਓ ਬਾਈ ਮੇਰਾ ਨਾ 22 ਅਗਸਤ ਨੂੰ ਪਿੰਡ ਸੂਰੇ ਵਾਲਾ ਜ਼ਿਲ੍ਹੇ ਮੁਕਤਸਰ 'ਚ ਮੇਰੇ ਜਿਹੜਾ ਜੱਦੀ ਪਿੰਡ ਆ ਨਾ ਬਾਈ ਮੇਰਾ ਮੜਾਕ ਪਿੰਡ ਆ ਜੱਦੀ ਅਤੇ ਉਹ ਪਿੰਡ ਦੇ ਨਾਲ 5 ਕਿਲੋਮੀਟਰ ਦੇ ਦੂਰ ਪੈਂਦਾ ਸੂਰੇ ਵਾਲਾ ਉੱਥੇ 22 ਤਰੀਕ ਨੂੰ ਬਾਈ ਕਬੱਡੀ ਕੱਪ ਹੋਣ ਜਾ ਰਿਹਾ ਬਹੁਤ ਤਕੜਾ ਬਾਈ ਉਹਨਾਂ ਨੇ ਮੈਨੂੰ 11,000 ਰੁਪਈਏ ਨਾਲ ਸਨਮਾਨਿਤ ਕਰਨਾ ਮੰਨ ਕੇ ਚੱਲੋ ਬਈ 3 ਗਰੁੱਪਾਂ ਵਾਲਿਆਂ ਦੇ ਉੱਥੇ ਫੋਨ ਜਾ ਚੁੱਕਿਆ ਵੀ ਜੇ ਪੀ ਨੂੰ ਸਨਮਾਨਿਤ ਕਦੋਂ ਕਰਨਾ ਕੰਪਲੇਂਟਾਂ ਹਾਂ ਵੀ ਕੰਪਲੇਂਟਾਂ ਹੋਊਗਾ ਵੀ ਉਹਨਾਂ ਦੀ ਕੋਸ਼ਿਸ਼ ਇਹ ਆ ਵੀ ਜੇ ਪੀ ਕਿਤੇ ਸਨਮਾਨ ਨਾ ਲੈਵੇ ਮਾਤਾ ਕਹਿੰਦੀ ਵੀ ਤੇਰੇ ਉੱਤੇ ਕਾਹਤੋਂ ਇੰਨੇ ਲੱਗਦੇ ਮੈਂ ਕਿਹਾ ਮਾਤਾ ਤੇਰੇ ਪੁੱਤ ਨੇ ਚੱਲਣੋਂ ਹਟਾ ਦੇ ਤਾਂ ਲੱਗਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬੱਲ ਕੁਦਰਤੀ ਬੁੱਕਲ 'ਚ ਤੁਹਾਡਾ ਸਵਾਗਤ ਕਰਦਾ ਅਤੇ ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਅੱਜ ਕੱਲ੍ਹ ਜਿਹੜੀ ਚੀਜ਼ ਚੱਲ ਰਹੀ ਹੈ ਨਾ ਕਿ ਹਰ ਇੱਕ ਦੁਨੀਆ ਦੇ ਵਿੱਚ ਰਹਿੰਦਾ ਬੰਦਾ ਇੱਕ ਦੂਜੇ ਨੂੰ ਭੰਡਣ 'ਤੇ ਲੱਗਿਆ ਹੋਇਆ ਉਹਨਾਂ ਨੂੰ ਇਹ ਸੁੱਖ ਨਹੀਂ ਹੈ ਉਹਨਾਂ ਨੂੰ ਇਹ ਫਿਕਰ ਨਹੀਂ ਹੁੰਦੀ ਵੀ ਅੱਜ ਮੇਰੇ ਕੋਲ ਇਹ ਚੀਜ਼ ਹੈ ਕਿ ਨਹੀਂ ਉਹਨਾਂ ਨੂੰ ਟੈਨਸ਼ਨ ਇਸ ਚੀਜ਼ ਦੀ ਪਈ ਹੋਈ ਹੈ ਕਿ ਫਲਾਣੇ ਜਾਂ ਗਵਾਂਢੀ ਦੇ ਕੋਲ ਜਾਂ ਉਹਨਾਂ ਦੇ ਦੋਸਤ ਕੋਲ ਇੰਨੀ ਚੀਜ਼ ਆਈ ਤਾਂ ਆ ਕਿੱਥੋਂ ਗਈ ਮੇਰੇ ਕੋਲ ਇੰਨਾ ਅਤੇ ਉਹਦੇ ਕੋਲ ਇੰਨਾ ਸੁੱਖ ਆ ਕਿਵੇਂ ਗਿਆ ਅੱਜ ਕੱਲ੍ਹ ਦੁਨੀਆ ਸਿਰਫ ਇਸ ਚੀਜ਼ ਦੇ ਵਿੱਚ ਹੀ ਉਲਝੀ ਹੋਈ ਹੈ ਅੱਜ ਜਿਹੜੇ ਬਾਊਂਸਰ ਦੇ ਨਾਲ ਤੁਹਾਨੂੰ ਮਿਲਾਉਣ ਲੱਗਿਆਂ ਨਾ ਜਿਹੜੇ ਬਾਊਂਸਰ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣ ਲੱਗਿਆਂ ਬਾਈ ਜੇ ਪੀ ਬਾਊਂਸਰ ਫਰੀਦਕੋਟ ਤੋਂ ਬਾਈ ਉਸ ਬਾਊਂਸਰ 'ਤੇ ਜੇ ਮੈਂ ਕਹਾਂ ਤਾਂ ਬੜੀਆਂ ਕੰਪਲੇਂਟਾਂ ਹੋ ਗਈਆਂ ਬਾਈ ਸਿੱਧੂ ਮੂਸੇਵਾਲੇ ਦਾ ਗਾਣਾ ਸੀ ਨਾ ਤੇਰੇ ਉੱਤੇ ਕਾਹਤੋਂ ਐਵੇਂ ਲੱਗਦੇ ਨਹੀਂ ਮੈਂ ਚੱਲਣੋਂ ਹਟਾ 'ਤੇ ਬੱਲੀ ਉਹ ਕਿਤੇ ਨਾ ਕਿਤੇ ਬਾਈ 'ਤੇ ਢੁੱਕਣ ਲੱਗ ਗਿਆ ਪਰਿਵਾਰ ਵੱਲੋਂ ਕੁਛ ਐਸੀਆਂ ਚੀਜ਼ਾਂ ਹੋਈਆਂ ਕਿ ਫਾਦਰ ਸਾਹਿਬ ਫੌਜ ਦੇ ਵਿੱਚ ਸ਼ਹੀਦ ਹੋਏ ਉਸ ਤੋਂ ਬਾਅਦ ਇਕੱਲਾ ਇਕਲੌਤਾ ਘਰਦਿਆਂ ਦਾ ਮਾਪਿਆਂ ਦਾ ਪੁੱਤ ਜਿਸ ਨੇ ਘਰ ਦੀ ਕਬੀਲਦਾਰੀ ਚੱਕੀ ਗਰੀਬੀ 'ਚੋਂ ਪਰਿਵਾਰ ਨੂੰ ਬਾਹਰ ਕੱਢਿਆ ਅਤੇ ਅੱਜ ਜਦ ਚੰਗਾ ਨਾਂ ਬਣਿਆ ਤਾਂ ਹਰ ਇੱਕ ਬੰਦਾ ਉਹ 'ਤੇ ਲੱਗਣ ਲੱਗ ਗਿਆ ਸਿਕਿਉਰਿਟੀ ਲੈ ਕੇ ਜਾਂਦਾ ਆ ਵੱਡੇ ਵੱਡੇ ਨਾਮੀ ਕਲਾਕਾਰਾਂ ਦੇ ਨਾਲ ਸਿਕਿਉਰਿਟੀ ਲੈ ਕੇ ਜਾਂਦਾ ਪਰ ਵੱਡੇ ਵੱਡੇ ਨਾਮੀ ਕਲਾਕਾਰ ਕਿੰਨਾ ਕੁ ਨਾਲ ਖੜ੍ਹਦੇ ਨੇ ਅਤੇ ਕਿੰਨੇ ਕੁ ਯਾਰ ਨੇ ਜਿਹੜੇ ਅੱਜ ਕੱਲ੍ਹ ਯਾਰ 'ਤੇ ਹੀ ਕੰਪਲੇਂਟਾਂ ਕਰੀ ਜਾਂਦੇ ਨੇ FIR ਕਰਾਈ ਜਾਂਦੇ ਨੇ ਬਾਈ ਜੇ ਪੀ ਬਾਊਂਸਰ ਮੇਰੇ ਨਾਲ ਹੈ ਪਹਿਲਾਂ ਵੀਰੇ ਦਾ ਸਵਾਗਤ ਕਰਦੇ ਹਾਂ ਵੀਰੇ ਸਤਿ ਸ਼੍ਰੀ ਅਕਾਲ ਠੀਕ ਠਾਕ ਬਾਈ ਜੀ ਸਿਹਤ ਕਿਵੇਂ ਤੁਹਾਡੀ ਸਰ ਗੁੱਡ ਵੀਰੇ ਗੁੱਡ ਚੜ੍ਹਦੀ ਕਲਾ ਹਾਂਜੀ ਹਾਂਜੀ ਵੀਰੇ ਅੱਛਾ ਬਾਈ ਮੈਂ ਸ਼ੁਰੂਆਤ ਹੀ ਕਰਦੇ ਹਾਂ ਮੈਂ ਜਿਵੇਂ ਬਾਈ ਸਿੱਧੂ ਦਾ ਗਾਣਾ ਗਾਇਆ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਵੀ ਤੇਰੇ ਉੱਤੇ ਕਾਹਤੋਂ ਐਵੇਂ ਲੱਗਦੇ ਨਹੀਂ ਮੈਂ ਚੱਲਣੋਂ ਹਟਾ 'ਤੇ ਬੱਲੀਏ ਸੱਚਾ ਗੱਲ ਸੱਚਾ ਬਈ ਸੱਚਾ ਸੱਚਾ ਮੇਰੀ ਮਾਤਾ ਕਹਿੰਦੀ ਹੁੰਦੀ ਆ ਬਾਈ ਮਾਤਾ ਕਹਿੰਦੀ ਵੀ ਤੇਰੇ ਉੱਤੇ ਕਾਹਤੋਂ ਇੰਨੇ ਲੱਗਦੇ ਮੈਂ ਕਿਹਾ ਮਾਤਾ ਤੇਰੇ ਪੁੱਤ ਨੇ ਚੱਲਣੋਂ ਹਟਾ 'ਤੇ ਤਾਂ ਲੱਗਦੇ ਆ ਹਾਂਜੀ ਅੱਛਾ ਬਾਈ ਜਿਵੇਂ ਤੁਸੀਂ ਦੱਸਿਆ ਆਪਾਂ ਆਫ ਦਾ ਰੈਕਡ ਗੱਲ ਕਰ ਰਹੇ ਸੀਗੇ ਵੀ ਤੁਹਾਡੇ ਫਾਦਰ ਸਾਹਿਬ ਫੌਜ ਦੇ ਵਿੱਚ ਸੀਗੇ ਉੱਥੇ ਸ਼ਹੀਦ ਹੋ ਗਏ ਸੀ ਉਹ ਕਦੋਂ ਦਾ ਗੱਲ ਹੈ ਉਹ ਵੀਰੇ ਮਤਲਬ 3 ਮਾਰਚ 2004 ਦੀ ਗੱਲ ਆ ਮੇਰੇ ਫਾਦਰ ਸਾਹਿਬ ਨੂੰ ਨਾ ਕੈਂਸਰ ਹੋ ਗਿਆ ਸੀ ਹਾਂਜੀ ਅਤੇ ਉਹਨਾਂ ਦੀ ਮਤਲਬ ਛੁੱਟੀ ਲਈ ਵੀ ਸੀ ਆਪਾਂ ਫੌਜ 'ਚੋਂ ਅਤੇ ਛੁੱਟੀ ਦੌਰਾਨ ਘਰ ਡੈੱਥ ਹੋ ਗਈ ਸੀ 3 ਮਾਰਚ 2004 ਨੂੰ ਮੈਂ ਤਾਂ ਉਦੋਂ ਬਹੁਤ ਛੋਟਾ ਸੀ ਮਤਲਬ ਤਕਰੀਬਨ 6-7 ਸਾਲ ਦਾ ਹੋਊਂਗਾ ਬਾਈ ਹਾਂਜੀ 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 ਜਦ ਡੈੱਥ ਹੋਈ ਹੈ ਵੀਰੇ ਅਤੇ ਪਰਿਵਾਰ ਦੇ ਵਿੱਚ ਸਭ ਤੋਂ ਵੱਡੇ ਸੀਗੇ ਉਹ ਹਾਂਜੀ ਹਾਂਜੀ ਸਾਰਿਆਂ ਨੂੰ ਵੱਡੇ ਸੀਗੇ ਵੀਰੇ ਡੈਡੀ ਹੋਰੀ 4 ਭਰਾ ਸੀਗੇ ਅਤੇ 2 ਭੈਣਾਂ ਡੈਡੀ ਦੀ ਮੈਰਿਜ ਹੋਈ ਵੀ ਆ ਅਤੇ ਇੱਕ ਭੈਣ ਤਾਂ ਮਤਲਬ ਮੇਰੇ ਭੂਆ ਜੀ ਤਾਂ ਬਠਿੰਡੇ ਕੋਲ ਗੁਲਾਬਗੜ੍ਹ ਪਿੰਡ ਆ ਉੱਥੇ ਆ ਅਤੇ ਇੱਕ ਸਮਾਲਸਰ ਪਿੰਡ ਆ ਜੀ ਸਮਾਲ ਹਾਂਜੀ 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 ਅੱਛਾ ਬਾਈ ਫਿਰ ਜਦੋਂ ਫਾਦਰ ਸਾਹਿਬ ਦੀ ਡੈੱਥ ਹੋਈ
अचानक अचनचेत जी डैथ होंगी है वह हर एक परिवार को जी एक झंझट के पा दें सारी कबीलदारी थोड़े आ गई तुम घर या अपने परिवार के सब तो व्डे से फिर उस तो बाद किस तरीके गरीबी चो परिवार को बाहर कढ़िया गरीबी चो भीरे जो मेरे फादर साहब की डैथ मैं बहुत छोटा सी परिवार च मेरे डैडी होरी चार भरा सी दो जने मतलब एक तो मेरे डैडी की मैरिज हुई सी एक मेरे चाचा जी की मैरिज हुई वह पुलिस सीगे ते दो मेरे जेडे चाचा जी सीगे वह अनमैरिड सीगे ते जेडे मेरे मतलब डैडी के छोटे ब्रदर सीगे मतलब जिदा कि आप पिंडा च मतलब पग रख दें वह मेरे मम्मी मतलब मेरे जेडे चाचा जी सीगे उन्होंने पग रखती सी तो मेरी जेड़ा सामभ संभाल आ जिन्ना चिर मैं मतलब एक हिसाब न अडार नहीं होया आपदे 18 साल का नहीं होया उन्होंने सामभ संभाल मेरी सरदार प्रतपाल सिंह ने मैं अज उन्होंने आपका प्यो मानता प्रतपाल सिंह भी जिथे एक प्यो की घाट जी पूरी ना करने वाली चीज़ सी वो थोड़े चाचा जी ने पूरी कर हाँ वह मैं घाट अज तक रड़कन नहीं दी चीज़ की मैं 18 साल तक लोड़ सी 18 साल तो बाद मैं आपका सेहत संभालिया आपका काम करना शुरू किया अच्छा बई हुण तुसीं बाउंसरी लाइन दे विच तो तुहानूं किन्ना टाइम हो गया बई इस लाइन दे विच तुहानूं मैनूं वीरे 7 साल हो गए 7 साल हाँ जी 7 साल दे विच फिर बई जे मैं अंदाजा लावां तां किहड़े किहड़े नामी सिंगरां दे नाल तुसीं जा चुके एज़ अ बाउंसर मैं वीरे इदां हुंदा सिस्टम क्योंकि जिदां कि बब्बू मान बई आ उह बई नाल लखा मुंडा चलदा पक्का उहदा बॉडीगार्ड मतलब उह इदां साडे लिंक बणे हुंदे आ जिवें बई लखे ने कहता तूं जे भी फलाने थां ते आउणा बई ने आउणा मैं बई बब्बू मान नाल भी गया जी आरनेत बई नाल भी गया बई गगन कोकरी नाल भी गया बई विरासत संधु नाल भी गया बई करमजीत अनमोल फिल्मी इंडस्ट्री दे उन्हां नाल भी गया मैं रवीना बाजवा नाल भी गया मैडम नाल हाँ जी सारे मतलब तकरीबन सिंगरां नाल जा चुके हैं तरसेम जसड़ बई नाल भी जा चुके हैं बई हाँ जी अच्छा बई जिवें मैं अक्सर वेख्या कि अजकल तो यह चीज़ बहुत चल रही है मैं वीडियो की थी पिछे जी एक बाउंसर की उन्होंने असल दे विच लोड़ सी एक हालात परिवार से कुछ इस तरीके दे बन गए थे कि उन्होंने असल दे विच मदद की लोड़ सी जब मदद वास्ते वीडियो पाई तो कुछ उसके आपदे साथी ही जिहड़े उसके नाल बैठ के रोटी खाते सीगे उन्होंने उसके खिलाफ बोलना शुरू करता तुसी उस चीज़ को किस हद तक मानते हो मैं बई वो मुंडा संघा भरा अपना हालांकि मैं उन्होंने जानता नहीं तो मतलब भरा वो अपना जिदा भी है वाहेगुरु उन्होंने खुश रखे मतलब बंदे ते दुख भी आउंदा ते सुख भी आउंदा जे दुख आया तो सुख भी जरूर आऊगा ठीक है दिन जे माड़े चल रहे तो चंगे भी आउणगे एडी गल नहीं बाबा नानक हरेक नूं खुश रखिया पता ने पर ओह उस टाइम बाई दी चढ़ाई सी फुल कि कोई अनेकां प्रॉब्लम आउंदियां घरां च मतलब बंदा नहीं कबीलदारी च बंदा वड़ जांदा ते बंदे तों लैवल डाउन हो जांदे आ बंदे दे कोई चक्कर वाली गल नहीं गी पर ओह हुण तुसीं देखी होगी थोड़े मैनूं लगदा उदू बाद इंटरव्यू तों बाद उहदी थोड़े दिनां बाद मुंडिआं ने जिहड़े सीपी बाई नाल चलदे आ उहनां दी इंटरव्यू कीती बाई ने एक ने बठिंडे तों ते ओह बाई होरी यार मेली कहिंदे वी यार ओह तां नशा करदा उहदी तां गलत संगत आ मतलब इदां आपां नूं नहीं कहना चाहीदा जे मैं मन के चलो तुहाडे नाल चाह दा कप पी लिया ना तो मेरी यारी शुरू आ तो कलू मैं थोनू थोड़े बारे तुसी मेरे तो वक् हो जाओ तो मैं थोड़े बारे गलत बोला वो मेरे हाथ गलत गल आ है ना मेरे वास्ते गलत गल आ मैं आना भी किसी भी ऐ नहीं बोलना चाहिए जे वीर की हैल्प होंगी चल डाउन पिया काम कोई चक्कर वाली गल नहीं ठीक है किसी भी लैवलों कलू मैं भी डाउन हो सकता जे अज मेरा ना बाबे नानक ने बनाया तो कलू मैं भी की पता डाउन वज जा एक ना एक दिन तो बंदा हुंदा ही है इदा ठीक है तो पर मैं आना भी वीर दी हुण किन्ने बाइयां ने हैल्प की उन्हूं बाहरों भी फोन आउंदे रहे कई भैणां दे भरावां दे आउंदे रहे बंदे दा अज परिवार मिलाता परिवार मिलाता सारी मतलब दुनिया ने उहदी इंटरव्यू देखी भैणां भरावां ने तो उहदा अज परिवार मिल गया उहनूं किन्नी खुशी होई हुण तुसीं उह बंदे ते वेख लो वी जिहदे उहदी इंटरव्यू पहले दिन होई सी ते उहदी सेहत किवें सी ते हुण उहदी इंटरव्यू होई परिवार मिलिया ते हुण दसो मैनूं वी किहड़ा बंदा आंदा उह नशे करदा ਉਹ ਕਹਿੰਦੇ ਸੀ ਕਹਿੰਦੇ ਵੀ ਅਸੀਂ ਟੈਸਟ ਵੀ ਕਰਾਓ ਉਹਦੇ ਡੋਪ ਟੈਸਟ ਕਰਾਓ ਫਲਾਣਾ ਕਰ ਦਿਓ ਇਹ ਚੀਜ਼ਾਂ ਹੋ ਸਕਦਾ ਬਾਈ ਜੇਪੀ ਤੁਹਾਡੇ ਨਾਲ ਵੀ ਹੋਈਆਂ ਹੋਣਗੀਆਂ ਤੁਹਾਡੇ ਵੀ ਨਾਲ ਯਾਰ ਦੋਸਤ ਨੇ ਹੋ ਸਕਦਾ ਕੱਲ੍ਹ ਨੂੰ ਤੁਹਾਨੂੰ ਵੀ ਸਾਈਡ ਕਰਕੇ ਵੀ ਪਰੇ ਹੋ ਜੇਪੀ ਮੈਂ ਜਾਂਦਾ ਇਹ ਕਲਾਕਾਰ ਦੇ ਨਾਲ ਹੋ ਤੁਹਾਡੇ ਨਾਲ ਵੀ ਹੋਇਆ ਹੋ ਇਹ ਬਾਈ ਬਹੁਤ 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 ਜ਼ਿਆਦਾ ਇਹ ਨਾ ਤਰੀਕਾ ਅੱਜ ਕੱਲ੍ਹ ਹਰੇਕ ਨੂੰ ਮੇਰੇ ਨਾਲ ਵੀ ਮੁੰਡੇ ਹੈਗੇ ਆ ਕਈ ਆਪਣੇ ਭਰਾ ਮੇਰੇ ਮਿੱਤਰ ਜਿਹੜੇ ਮਤਲਬ ਜਿਹੜੇ ਪੂਰੇ ਮੇਰੇ ਨਾਲ ਖੜਦੇ ਆ ਤੇ ਨਾਲ ਮੈਨੂੰ ਕਹਿੰਦੇ ਵੀ ਜੇਪੀ ਤੇਰੇ ਮਗਰ ਖੜੇ ਆ ਕੋਈ ਚੱਕਰ ਨਹੀਂ ਠੀਕ ਆ ਤੇ ਪਰ ਨਾ ਇਹ ਅੱਜ ਕੱਲ੍ਹ ਜਿਹੜਾ ਦੌਰ ਆ ਨਾ ਇਹ ਹੁਣ ਜਿਵੇਂ ਮੰਨ ਕੇ ਚੱਲੋ ਵੀ ਮੈਂ ਕਿਸੇ ਨਾਲ ਜਾ ਰਿਹਾ ਸਿੰਗਰ ਨਾਲ
ਤੇ ਗਾਂ ਮੈਂ ਕਿਸੇ ਨੂੰ ਕਹਿਤਾ ਵੀ ਫਲਾਨਿਆ ਮੈਂ ਅੱਜ ਨਹੀਂ ਆ ਸਕਦਾ ਤੂੰ ਜਾ ਤੂੰ ਅੱਜ ਬਾਈ ਦੇ ਨਾਲ ਜਾਣਾ ਉਹਨੇ ਕੀ ਕਰਨਾ ਉਹਨੇ ਦੋ ਤਿੰਨ ਦਿਨ ਨਾਲ ਜਾ ਕੇ ਉਹਨੇ ਇਹੋ ਜਿਹੀਆਂ ਟੋਪੀਆਂ ਘਮਾਉਣੀਆਂ ਵੀ ਮੈਨੂੰ ਬਦਨਾਮ ਕਰ ਦੇਣਾ ਅਤੇ ਆਪ ਗਾਂਹ ਹੋ ਜਾਣਾ ਵੀ ਜੇ ਪੀ ਸਿੰਘ ਆਪਦਾ ਸਾਈਡ 'ਤੇ ਰਹਿ ਜੇ ਅਤੇ ਮੈਂ ਸਿੱਧਾ ਕੰਟੈਕਟ ਕਰਾਂ ਬਾਈ ਨਾਲ ਇਹ ਹੋਇਆ ਤੁਹਾਡੇ ਨਾਲ ਵੈਸੇ ਅਸਲ ਦੇ ਵਿੱਚ ਹੁੰਦਾ ਬਾਈ ਹੁੰਦਾ 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 ਬਾਈ ਕਿਵੇਂ ਹੋਇਆ ਸੀ ਦੇਖੋ ਬਾਈ ਮੈਂ ਬਹੁਤ ਮਤਲਬ ਸਿੰਗਰਾਂ ਨਾਲ ਆਪਾਂ ਰਹੇ ਹਾਂ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਗੇ ਕਿਉਂਕਿ ਜਦੋਂ ਗੁੱਡੀ ਚੜ੍ਹੀ ਹੁੰਦੀ ਆ ਨਾ ਜਦੋਂ ਗੁੱਡੀ ਚੜ੍ਹ ਜਾਂਦੀ ਆ ਉਦੋਂ ਨਹੀਂ ਕੋਈ ਪੁੱਛਦਾ ਬਾਈ ਜਦੋਂ ਬੰਦਾ ਆਪਦੇ ਸਾਰਾ ਓਕੇ ਕੰਮ ਕਰ ਲੈਂਦਾ ਨਾ ਉਦੋਂ ਦੂਜਿਆਂ ਨੂੰ ਕਹਿ ਦਿੰਦਾ ਚੱਲੀ ਚੱਲੀ ਸਾਈਡ 'ਤੇ ਉਦੋਂ ਜੇ ਮੰਨ ਕੇ ਚਲੋ ਮੇਰੇ ਨਾ ਮੇਰੇ ਪੱਟ 'ਤੇ ਸੱਟ ਲੱਗ ਗਈ ਸੀਗੀ ਅੱਛਾ ਮੈਂ ਡਿੱਗ ਪਿਆ ਸੀਗਾ ਮੋਟਰਸਾਈਕਲ ਤੋਂ ਅੱਛਾ ਰਾਤ ਨੂੰ ਮੈਂ ਕੰਮ ਤੋਂ ਆਉਂਦਾ ਸੀਗਾ ਅੱਛਾ ਅਤੇ ਬੁਲਟ ਤੋਂ ਡਿੱਗ ਪਿਆ ਸੀਗਾ ਅਤੇ ਹਫ਼ਤਾ ਮੇਰੀ ਕਿਸੇ ਨੇ ਬਾਤ ਨਹੀਂ ਪੁੱਛੀ ਉਦੋਂ ਆਪਾਂ ਜੇ ਫੋਨ ਲਾਈਏ ਨਾ ਕਿਸੇ ਨੂੰ ਬਾਈ ਜੀ ਨਹੀਂ ਤਾਂ ਬਿਜ਼ੀ ਬਾਈ ਜੀ ਤਾਂ ਬਿਜ਼ੀ ਨੇ ਕਲਾਕਾਰ ਕਹਿੰਦੇ ਸੀ ਹਾਂਜੀ ਕਹਿੰਦੇ ਆ ਬਾਈ ਪਰ ਮੈਂ ਆਪਾਂ ਕਿਸੇ ਦਾ ਨਾਂ ਨਹੀਂ ਲੈਣਾ ਗਾ ਹਾਂ ਅਸਲ ਦੇ ਵਿੱਚ ਹੋਇਆ ਹਾਂ ਬਾਈ ਹੋਇਆ ਜਿਹੜੇ ਕਹਿੰਦੇ ਨੇ ਕਲਾਕਾਰ ਸਾਡੇ ਕੋਲ ਤਾਂ ਐਡੀ ਫੈਨ ਫੋਲੋਇੰਗ ਆ ਸਾਡੇ ਕੋਲ ਤਾਂ ਅਸੀਂ ਤੁਹਾਡੀ ਇੱਕ ਫੈਨ ਅਸੀਂ ਤਾਂ ਤੁਹਾਨੂੰ ਐਜ਼ ਆ ਭਰਾ ਮੰਨਦੇ ਹਾਂ ਪਰਿਵਾਰ ਮੰਨਦੇ ਹਾਂ ਉਹ ਪਰਿਵਾਰ ਮੰਨਿਆ ਕਿ ਨਹੀਂ ਫਿਰ ਮੈਂ ਨਾ ਬਾਈ ਇੱਕ ਬੈੱਡ 'ਤੇ ਉਦੋਂ ਕਹਿ ਦਿੰਦੇ ਵੀ ਤੂੰ ਆਪਣਾ ਬਾਉਂਸਰ ਨਹੀਂ ਤੂੰ ਆਪਣਾ ਭਰਾ ਹਾਂ ਅਤੇ ਪਰ ਜਦੋਂ ਦੁੱਖ ਹੁੰਦਾ ਦੁੱਖ ਆਉਂਦਾ ਨਾ ਬੰਦੇ 'ਤੇ ਉਦੋਂ ਨਹੀਂ ਕੋਈ ਬਾਤ ਪੁੱਛਦਾ ਬਾਈ ਉਦੋਂ ਤਾਂ ਆਪਦੇ ਪੈਰਾਂ ਆਪਦੇ ਪੈਰਾਂ ਸਿਰ ਹੀ ਖੜ੍ਹਨਾ ਪੈਂਦਾ ਅਤੇ ਪਿੱਛੇ ਕੋਈ ਨਹੀਂ ਆਉਂਦਾ ਇਕੱਲਾ ਮਾਂ ਪਿਓ ਆਉਂਦਾ ਬਾਈ ਹੋਰ ਕੋਈ ਨਹੀਂ ਆਉਂਦਾ ਜੇ ਯਾਰੀ ਆ ਨਾ ਮੇਰਾ ਇੱਕ ਹੀ ਯਾਰ ਆ ਜ਼ਿੰਦਗੀ 'ਚ ਜੱਜ ਮੁੰਡਾ ਕਬੱਡੀ ਖੇਡਦਾ ਮੇਰਾ ਯਾਰ ਅੱਜ ਮੇਰੀ ਯਾਰੀ ਨੂੰ ਉਹਦੇ ਨਾਲ ਹੋ ਗਏ ਮੈਨੂੰ ਲੱਗਦਾ ਵੀ 14 ਸਾਲ ਹੋ ਗਏ ਹੋਣਗੇ ਉਹ ਯਾਰੀ ਉਹਦੇ ਨਾਲ ਉਹਦੇ ਨਾਲ ਯਾਰੀ ਪਈ ਨੂੰ ਹਾਂ 13-14 ਸਾਲ ਹੋ ਗਏ ਉਹਦੇ ਨਾਲ ਯਾਰੀ ਪਈ ਨੂੰ ਤੁਸੀਂ ਇਹ ਹਿਸਾਬ ਲਾ ਲਓ ਵੀ ਉਹ ਬੰਦੇ ਨੂੰ ਜੇ ਮੈਂ ਰਾਤ ਨੂੰ 1 ਵਜੇ ਕਹਿ ਦਾ ਨਾ ਵੀ ਜੱਜ ਸਾਹਿਬ ਮੈਂ ਇੱਥੇ ਖੜ੍ਹਾਂ ਅਤੇ ਉਹ ਬੰਦੇ ਨੇ ਕਹਿਣਾ ਤੂੰ 2 ਮਿੰਟ ਰੁੱਕ ਅਤੇ ਮੈਂ ਹੁਣੇ ਆ ਗਿਆ ਉਹ ਬੰਦਾ ਮੈਨੂੰ ਰਾਤ ਨੂੰ ਜੇ ਮੈਂ ਕੰਮ ਤੋਂ ਲੇਟ ਹੁੰਦਾ ਜਿਵੇਂ ਚੰਡੀਗੜ੍ਹੋਂ ਮੈਂ ਜਾਂਦਾ ਫਰੀਦਕੋਟ ਲੇਟ ਹੋ ਗਿਆ ਰਾਤ ਨੂੰ 12 ਵੱਜ ਗਿਆ 1 ਵੱਜ ਗਿਆ ਜਾਂ ਕਿਤੋਂ ਵੀ ਲਾ ਲਓ ਮੈਂ ਲੇਟ ਹੁੰਦਾ ਕਿਉਂਕਿ ਬਾਈ ਜਦੋਂ ਮੇਰੇ ਸਟਰਗਲ ਦੇ ਦਿਨ ਸੀ ਮੈਂ ਬੱਸਾਂ 'ਤੇ ਧੱਕੇ ਖਾਧੇ ਬੱਸਾਂ 'ਤੇ ਰਾਤ ਨੂੰ ਟਰੱਕਾਂ 'ਤੇ ਹੱਥ ਦੇ ਦੇ ਕੇ ਛੋਟੇ ਹਾਥੀਆਂ 'ਤੇ ਹੱਥ ਦੇ ਦੇ ਕੇ ਆਉਣਾ ਮੈਂ ਬਾਉਂਸਰੀ ਕਰਨ ਜਾਣਾ ਹਾਂ ਜਦੋਂ ਮੈਂ ਸਟਰਗਲ ਕੀਤਾ ਮੇਰਾ ਉਸਤਾਦ ਆ ਬਾਈ ਸੁੱਖ ਬੇਨੜੇ ਤੋਂ ਉਹ ਬਾਈ ਨਿੰਜੇ ਨਾਲ ਹੁੰਦਾ ਸੀਗਾ ਮੈਂ ਉਹਨੂੰ ਉਸਤਾਦ ਮੰਨਦਾ ਜਿਹੜੇ ਉਸਤਾਦ ਨੇ ਆਪਾਂ ਨੂੰ ਐਡੀ ਤਕੜੀ ਇੰਡਸਟਰੀ 'ਚ ਵਾੜਿਆ ਠੀਕ ਆ ਆਪਾਂ ਉਹਦਾ ਗੁਣ ਨਹੀਂ ਭੁੱਲ ਸਕਦੇ ਜ਼ਿੰਦਗੀ 'ਚ ਕਿਉਂਕਿ ਬਹੁਤ ਲੋਕ ਆ ਜਿਹੜੇ ਉਸਤਾਦ ਨੂੰ ਕਹਿੰਦੇ ਚੱਲ ਤੂੰ ਮੇਰੇ ਲਈ ਕੀ ਕੀਤਾ ਪਰ ਉਹ ਬੰਦੇ ਨੇ ਮੈਨੂੰ 1.5 ਸਾਲ 'ਚ ਪੂਰਾ ਐਕਸਪਰਟ ਬਣਾਇਆ ਵੀ ਜੇ ਪੀ ਸਿਆ ਤੂੰ ਆਹ ਕੰਮ ਵਧੀਆ ਕਰਨਾ ਅਤੇ ਇੱਦਾਂ ਕਰਨਾ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਅੱਜ ਤੱਕ ਬਈ ਕੋਈ ਬੰਦਾ ਸੈਰ ਉੱਚਾ ਕੱਢ ਕੇ ਕਹਿੰਦੇ ਜੇ ਪੀ ਨੇ ਕਿਸੇ ਨਾਲ ਬੇਈਮਾਨੀ ਕੀਤੀ ਆ ਜਾਂ ਜੇ ਪੀ ਨੇ ਕਿਸੇ ਸਿੰਗਰ ਦੇ ਪੈਸੇ ਖਾਧੇ ਆ ਆਪਦੀ ਹੱਕ ਦੀ ਖਾਧੀ ਆ ਜਿੰਨੇ ਅਗਲੇ ਦਿਨ ਕੰਮ ਲਾਏ ਉਨੇ ਪੈਸੇ ਲਏ ਅਗਲੇ ਤੋਂ 1 ਰੁਪਈਆ ਕਿਸੇ ਦਾ ਦੇਣਾ ਨਹੀਂ ਨਾ ਆਪਾਂ ਕਿਸੇ ਤੋਂ ਲੈਣੇ ਆ ਠੀਕ ਆ ਅਤੇ ਨਾ ਆਪਾਂ ਕਿਸੇ ਤੋਂ ਵੱਧ ਪੈਸੇ ਲਏ ਆ ਜਿੰਨਾ ਕੰਮ ਕੀਤਾ ਜੇ ਪੀ ਸਿੰਘ ਨੇ ਉਨੇ ਪੈਸੇ ਹੀ ਲਏ ਅਗਲੇ ਅੱਛਾ ਇੱਕ ਚੀਜ਼ ਮੈਨੂੰ ਜ਼ਰੂਰ ਦੱਸੋ ਅਸਲ ਦੇ ਵਿੱਚ ਕਲਾਕਾਰ ਕਿਉਂਕਿ ਮੈਂ ਵੀ ਇੰਡਸਟਰੀ ਨੂੰ ਬਹੁਤ ਕਰੀਬ ਤੋਂ ਜਾਣਦਾ ਤੁਹਾਨੂੰ ਕੀ ਲੱਗਦਾ ਵੀ ਕਲਾਕਾਰ ਜਿਹੜੇ ਕਹਿੰਦੇ ਨੇ ਵੀ ਸਾਡੇ ਪਿੱਛੇ ਤਾਂ ਹਜ਼ਾਰਾਂ ਬੱਗ ਤੁਰਦਾ ਸਾਡੇ ਪਿੱਛੇ ਸਾਡੀ 1 ਕਾਲ 'ਤੇ ਇੱਥੇ ਇਕੱਠ ਕਰ ਦਾਂਗੇ ਇੱਥੇ ਜੇ ਮੇਰਾ ਪਤਾ ਲੱਗੇ ਵੀ ਇੱਥੇ ਮੇਰਾ ਸ਼ੋਅ ਹੈ ਇੱਥੇ 200-300 ਹਜ਼ਾਰ ਬੰਦਾ ਤਾਂ ਐਂ ਮਿੰਟ 'ਚ ਇਕੱਠਾ ਹੋ ਜੂਗਾ ਅਸਲ ਦੇ ਵਿੱਚ ਕਲਾਕਾਰਾਂ ਦੇ ਪੱਲੇ ਕੁਛ ਹੁੰਦਾ ਵੀ ਹੈ ਕਿ ਬਸ ਕਹਿਣ ਦੀ ਗੱਲ ਹੈ ਬਾਈ ਦੇਖੋ ਵੀ ਕਈ ਬਾਈ ਹੈਗੇ ਆ ਸਿੰਗਰ ਜਿਹੜੇ ਵਧੀਆ ਮਤਲਬ ਘਰੋਂ ਹੈ ਨਾ ਜਿਹੜੇ ਮਤਲਬ ਜਿਹੜੇ ਫੂੰਫਾ ਨਹੀਂ ਕਰਦੇ ਜਿਨ੍ਹਾਂ ਨੇ ਸਾਰਾ ਹੁਣ ਤਰਸੇਮ ਜੱਸੜ ਬਾਈ ਆ ਕਿੰਨਾ ਵਧੀਆ ਸੁਭਾਅ ਬਾਈ ਦਾ ਠੀਕ ਆ ਉਹ ਬਾਈ ਦੇ ਸ਼ੋਅ 'ਤੇ ਜਾ ਕੇ ਇੰਨੀਆਂ ਕੁ ਗੱਲਾਂ ਗੁਣ ਮਿਲਦੇ ਆ ਨਾ ਸ਼ੋਅ 'ਤੇ ਜਾ ਕੇ ਵੀ ਸਿੱਖਿਆ ਮਿਲਦੀ ਆ ਬੰਦੇ ਨੂੰ ਵੀ ਆਪਾਂ ਦੂਸਰੇ ਦਾ ਨਾਂ ਹੀ ਨਹੀਂ ਲੰਘਿਆ ਆਪਾਂ ਕਹਾਂਗੇ ਬਾਈ ਦੇ ਨਾਲ ਹੀ ਜਾਣਾ ਉਹ ਬੰਦੇ ਦੀਆਂ ਗੱਲਾਂ ਹੀ ਇੱਦਾਂ ਦੀਆਂ ਵੀ ਜੇ ਉਹ ਬੰਦੇ ਨਾਲ ਚਲੇ ਗਏ ਨਾ ਆਪਾਂ ਤਾਂ ਬਸ ਤੁਸੀਂ ਗਲਤ ਕੰਮ ਤਾਂ ਭੁੱਲ ਹੀ ਜਾਓਗੇ ਨਾ ਜ਼ਿੰਦਗੀ 'ਚ ਇੱਕ ਜਿਹੜੇ ਰੰਧਾਵਾ ਬ੍ਰਦਰ ਆ ਬਾਈ ਹੋਰੀ ਦੋ ਪ੍ਰਿੰਸ ਰੰਧਾਵਾ ਅਤੇ ਰਮੀ ਰੰਧਾਵਾ ਉਹਨਾਂ ਨਾਲ ਵੀ ਮੈਂ ਗਿਆ ਬਾਈ ਹੋਰਾਂ ਨਾਲ ਉਹਨਾਂ ਨਾਲ ਵੀ ਜੇ ਤੁਸੀਂ ਉਹਨਾਂ ਦੇ ਗਾਣੇ ਸੁਣ ਲਓਗੇ ਤੁਸੀਂ ਕਿਸੇ ਨੂੰ ਗਲਤ ਨਹੀਂ ਬੋਲੋਗੇ ਉਹਨਾਂ 'ਚ ਵੀ ਗਾਉਣ ਵਾਲੇ ਗਾਉਂਦੇ ਆ ਉਹ ਗਾਣੇ ਵੀ ਪਰਿਵਾਰ 'ਚ ਸੁਣਨ ਵਾਲੇ ਗਾਣੇ ਐਸਾ ਹੋਇਆ ਹਾਂ ਅੱਛਾ ਮੈਂ ਤਾਂ ਸੁਣਿਆ ਵੀ ਇੱਕ ਤੁਸੀਂ ਆਫ ਦਾ ਰੈਕਡ ਦੱਸ ਰਹੇ ਸੀ ਵੀ ਇੱਕ ਕਲਾਕਾਰ ਸੀ ਕੋਈ ਵੀ ਉਹਨਾਂ ਨਾਲ ਤੁਸੀਂ ਬਹੁਤ ਕਰੀਬ ਰਹੇ ਅਤੇ ਇੱਕ ਟਾਈਮ ਇੰਨਾ ਮਾੜਾ ਸੀ ਉਸ ਕਲਾਕਾਰ 'ਤੇ ਵੀ ਤੁਸੀਂ ਉਹਨਾਂ ਦੀ ਬਹੁਤ ਬਰੀਕੀਆਂ ਦੇਖੀਆਂ ਪਰ ਜਦ ਤੁਹਾਨੂੰ ਅਸਲ ਦੇ ਵਿੱਚ ਉਸ ਕਲਾਕਾਰ ਦੀ ਲੋੜ ਸੀ ਤਾਂ ਉਸਨੇ ਠੇਡਾ ਮਾਰ ਕੇ ਤੁਹਾਨੂੰ ਬਾਹਰ ਕਰਿਆ ਹਾਂ ਬਾਈ ਕੱਢਦੇ ਆ ਬਾਈ ਮੈਂ ਬਹੁਤ ਵੇਖਿਆ ਬਾਈ ਆਪਦੇ ਸਾਹਮਣੇ ਅੱਖੀ ਕਰਦੇ ਕੰਮ ਪਰ ਆਪਾਂ ਨਾ ਨਹੀਂ ਲੈਣਾ ਬੰਦੇ ਦਾ ਕੀ ਕੰਮ ਕਰਦੇ ਵੀ ਆਹੀ ਬਾਈ ਪੁੱਠੇ ਸਿੱਧੇ ਕੰਮ ਆ ਜਿਵੇਂ ਕਿ ਲਾ ਲਓ ਹੁਣ ਤੁਸੀਂ ਆਪ ਹੀ ਸਮਝ ਲਓ ਬਾਈ ਪੁੱਠੇ ਸਿੱਧਾਂ ਦੇ ਆਪ ਹੀ ਲੋਕ ਸਮਝ ਜਾਣਗੇ ਆਪਾਂ ਕਹਦੇ ਤੁਹਾਡੀ ਅੱਖੀ ਸਾਹਮਣੇ ਹੁੰਦਾ ਰਿਹਾ ਹਾਂ ਹਾਂ ਬਾਈ ਹੁੰਦਾ ਰਿਹਾ ਹੁੰਦਾ ਰਿਹਾ
ਉਦੋਂ ਫਿਰ ਜੇਪੀ ਜੇਪੀ ਦਾ ਕੀ ਮਤਲਬ ਕਿ ਮਨ ਦੇ ਵਿੱਚ ਕੀ ਹੁੰਦਾ ਸੀਗਾ ਵੀ ਬਾਹਰੀ ਦਿੱਖ ਤਾਂ ਇਸ ਕਲਾਕਾਰ ਦੀ ਕੁਛ ਹੋਰ ਸੀ ਪਰ ਅਸਲ ਦੇ ਵਿੱਚ ਕੁਛ ਹੋਰ ਹੀ ਦਿਖ ਰਿਹਾ। ਪਰ ਬਈ ਆਪਾਂ ਚਲੋ ਮਾੜਾ ਨਹੀਂ ਕਹਿੰਦੇ ਕਿਸੇ ਨੂੰ, ਚਲੋ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਬਾਬੇ ਨਾਨਕ ਨੇ ਆਪਾਂ ਨੂੰ ਬਹੁਤ ਤਰੱਕੀ ਦਿੱਤੀ ਆ ਮਹਾਰਾਜ ਨੇ, ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਨਾ ਆਪਾਂ ਨਾ ਲੈਣਾ ਹਨਾ, ਆਪਾਂ ਆਪਦਾ ਸੈੱਟ ਆ ਓਕੇ ਆ ਕੰਮ। ਹੋ ਸਕਦਾ ਜੇਪੀ ਵੀਰੇ ਤੁਹਾਡੀ ਇੰਟਰਵਿਊ ਵੇਖ ਕੇ ਕਈ ਬਾਊਂਸਰ ਤੁਹਾਡੇ ਅਗੇਂਸਟ ਹੋ ਜਾਣ ਫਿਰ? ਬਈ ਬਾਊਂਸਰ ਭਰਾ ਹੋ ਜਾਣ, ਪਰ ਬਾਊਂਸਰ ਬਾਈਆਂ ਨੂੰ ਪਤਾ ਹੀ ਆ ਵੀ ਅੱਜ ਕੱਲ੍ਹ ਜਿਹੜਾ ਤਰੀਕਾ ਚੱਲਦਾ ਕਿ ਦੂਜੇ ਬਾਊਂਸਰ ਨੂੰ ਸੈੱਟ ਕੇ ਆਪ ਅੱਗੇ ਹੋਣਾ, ਇਹ ਗਲਤ ਗੱਲ ਆ ਬਾਈ। ਬਾਈ ਮੇਰਾ ਨਾ 22 ਅਗਸਤ ਨੂੰ ਪਿੰਡ ਸੂਰੇ ਵਾਲਾ ਜ਼ਿਲ੍ਹੇ ਮੁਕਤਸਰ 'ਚ, ਮੇਰੇ ਜਿਹੜਾ ਜੱਦੀ ਪਿੰਡ ਆ ਨਾ ਬਾਈ, ਮੇਰਾ ਮੜਾਕ ਪਿੰਡ ਆ ਜੱਦੀ, ਅਤੇ ਉਹ ਪਿੰਡ ਦੇ ਨਾਲ 5 ਕਿਲੋਮੀਟਰ 'ਤੇ ਦੂਰ ਪਿੰਡ ਆ ਸੂਰੇ ਵਾਲਾ, ਉੱਥੇ 22 ਤਰੀਕ ਨੂੰ ਬਾਈ ਕਬੱਡੀ ਕੱਪ ਹੋਣ ਜਾ ਰਿਹਾ, ਬਹੁਤ ਤਕੜਾ ਬਾਈ ਹੋਣ ਵਾਲੀ। ਹਾਂਜੀ 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 22 ਅਗਸਤ ਨੂੰ, ਅਤੇ ਬਾਈ ਉਹ ਬਾਈ ਇੱਕ ਤਾਂ ਗੁਰਪਿਆਰ ਆ ਬਾਈ, ਅੱਛਾ ਵੀ ਮਤਲਬ ਘਰੋਂ ਪੂਰੇ ਬਾਈ ਹੋਰੀ ਧਨਾੜ ਆ ਬੰਦੇ, ਅਤੇ ਇੱਕ ਬਾਈ ਸੀਰਾ ਪ੍ਰਧਾਨ, ਠੀਕ ਹੈ ਉਹਨਾਂ ਨੇ ਮੈਨੂੰ 11,000 ਰੁਪਈਏ ਨਾਲ ਸਨਮਾਨਿਤ ਕਰਨਾ, ਠੀਕ ਹੈ। ਮੰਨ ਕੇ ਚੱਲੋ ਬਈ 3 ਗਰੁੱਪਾਂ ਵਾਲਿਆਂ ਦੇ ਉੱਥੇ ਫੋਨ ਜਾ ਚੁੱਕਿਆ ਵੀ ਜੇਪੀ ਨੂੰ ਸਨਮਾਨਿਤ ਕਾਹਤੋਂ ਕਰਨਾ, ਕੰਪਲੇਂਟਾਂ ਹੋ ਗਈਆਂ। ਹਾਂ ਵੀ ਕੰਪਲੇਂਟਾਂ ਹੋ ਗਈਆਂ ਵੀ ਉਹਨਾਂ ਦੀ ਕੋਸ਼ਿਸ਼ ਇਹ ਆ ਵੀ ਜੇਪੀ ਕਿਤੇ ਸਨਮਾਨ ਨਾ ਲੈ ਲਏ, ਪਰ ਬਾਈ ਉਹ ਬਾਬਾ ਨਾਨਕ ਆ, ਸਨਮਾਨ ਦਿਵਾਉਣ ਵਾਲਾ ਆਪਾਂ ਕੌਣ ਹੁੰਦੇ ਹਾਂ? ਜੇ ਕੁਛ ਕੀਤਾ ਦੁਨੀਆਂ 'ਤੇ ਤਾਂ ਹੀ ਲੋਕ ਸਨਮਾਨਿਤ ਕਰਦੇ ਆ। ਅੱਛਾ ਮੈਂ ਸੁਣਿਆ ਬਾਈ ਤੁਹਾਡੇ ਨਾਂ 'ਤੇ ਤਾਂ ਤੁਸੀਂ ਤਾਂ DSP ਤੱਕ ਕੋਲ ਬੜੀਆਂ ਪੇਸ਼ੀਆਂ ਭੁਗਤੀਆਂ ਨੇ, ਕੰਪਲੇਂਟਾਂ ਬਹੁਤ ਹੋ ਗਈਆਂ ਤੁਹਾਡੇ 'ਤੇ, ਇਸੇ ਕਰਕੇ ਵੀ ਜੇਪੀ ਦੀ ਸਿਕਿਉਰਿਟੀ ਨਹੀਂ ਲਾਉਣੀ, ਸਾਡੀ ਸਿਕਿਉਰਿਟੀ ਲਾਓ, ਉਹਦੀ ਸਿਕਿਉਰਿਟੀ ਨਹੀਂ ਲਾਉਣੀ ਤੁਹਾਡੇ 'ਤੇ, ਮਤਲਬ ਕਿ ਅਸਲ ਦੇ ਵਿੱਚ ਇਸ ਕੰਪਲੇਂਟਾਂ ਹੋਈਆਂ ਨੇ ਪੁਲਿਸ ਦੇ ਵਿੱਚ? ਹੋਈਆਂ ਬਾਈ ਹੋਈਆਂ। ਮੈਂ ਬਹੁਤ ਮਤਲਬ ਮੈਂ ਨਾ ਟੈਨਸ਼ਨ 'ਚ ਹੋ ਗਿਆ ਜੀ ਥੋੜ੍ਹਾ ਜਿਹਾ, ਜਦੋਂ ਮੇਰੇ 'ਤੇ ਇੱਦਾਂ ਚੱਕਰ ਪਿਆ। ਮੈਂ ਆਪਦੀ ਮਾਤਾ ਨੂੰ ਮਤਲਬ ਮੈਂ ਰੋ ਕੇ ਦੱਸਿਆ ਵੀ ਮਾਤਾ ਵੀ ਬਹੁਤ ਹੈਗੇ ਆ ਮੁੰਡੇ ਜਿਹੜੇ ਵੀ ਨਹੀਂ ਗਰੁੱਪ ਚਲਾਉਂਦੇ ਆ ਬਾਈ, ਉਹਨਾਂ ਨੂੰ ਪਤਾ ਲੱਗ ਜੂ ਜਦੋਂ ਇੰਟਰਵਿਊ ਦੇਖਣਗੇ, ਅਤੇ ਕਿਉਂਕਿ ਬਾਈ ਕੋਈ ਵੀ ਆ ਹੈ ਨਾ, ਮੈਂ ਜਦੋਂ 18 ਸਾਲਾਂ ਦਾ ਸੀਗਾ ਨਾ ਬਾਈ, ਉਦੋਂ ਮੈਂ ਇੱਕ ਦੁਕਾਨ 'ਤੇ ਲੱਗਿਆ ਸੀਗਾ, ਮੈਂ ਨਾਲ ਨਾਲ ਸਟੱਡੀ ਕਰਦਾ ਸੀ ਕਿਉਂਕਿ ਮੇਰੀ ਮਾਤਾ ਦੀ ਪੈਨਸ਼ਨ ਬਹੁਤ ਥੋੜ੍ਹੀ ਸੀ, ਅਤੇ ਘਰ ਦਾ ਜਿਹੜਾ ਗੁਜ਼ਾਰਾ ਸਰਕਲ ਰੋੜਨਾ ਬਹੁਤ ਔਖਾ ਹੁੰਦਾ ਬਾਈ, ਹੈ ਨਾ। ਇੱਕ ਪੈਨਸ਼ਨ 'ਚੋਂ ਮਾਤਾ ਮੇਰੀ ਫੀਸ ਭਰਦੀ ਸੀ, ਇੱਕ ਪੈਨਸ਼ਨ 'ਚੋਂ ਸਾਡੇ ਘਰ ਸੌਦਾ ਆਉਂਦਾ ਸੀ ਬਾਈ, ਅਤੇ ਉਸ ਟਾਈਮ 'ਚ ਅੱਜ ਦਾ JP ਬਾਈ ਉਹ ਗੱਡੀਆਂ 'ਚ ਰਹਿੰਦਾ ਜਿਹੜੀਆਂ 'ਚ ਮਤਲਬ ਕਿਤੇ JP ਨੇ ਚਾਹਿਆ ਵੀ ਨਹੀਂ ਸੀਗਾ ਵੀ ਆਹ ਗੱਡੀ 'ਚ JP ਸਿਆਂ ਤੂੰ ਚੜ੍ਹ ਜਾਏਗਾ, ਠੀਕ ਆ ਬਾਬਾ। ਗੱਡੀ 'ਚ JP ਘੁੰਮਦਾ, ਉਹ ਗੱਡੀਆਂ 'ਚ JP ਘੁੰਮਦਾ ਬਾਈ ਅੱਜ, ਠੀਕ ਹੈ। ਅਤੇ ਕਿਸੇ ਟਾਈਮ 2006 ਦੇ ਵਿੱਚ ਇੱਕ ਸਾਈਕਲ ਲੈਣ ਨੂੰ ਪੈਸੇ ਹੈ ਨਹੀਂ ਸੀ ਬਾਈ ਘਰਦਿਆਂ ਕੋਲ, ਉਹ ਵੀ ਕਿਸ਼ਤਾਂ 'ਤੇ ਲਿਆ ਸੀ ਮੇਰੀ ਮਾਤਾ ਨੇ, ਕੋਟਕਪੂਰਿਓਂ ਸਾਈਕਲ ਲਿਆ ਸੀ ਬਾਈ, ਬੱਤੀਆਂ ਵਾਲੇ ਚੌਂਕ ਦੇ ਨਾਲ ਦੁਕਾਨ ਆ, 6 ਕੁ ਦੁਕਾਨਾਂ ਛੱਡ ਕੇ 500 ਰੁਪਈਆ ਕਿਸ਼ਤ ਬਾਈ ਉਹ ਟਾਈਮ 'ਚ, ਰੋਣਾ ਆਉਂਦਾ ਬਾਈ ਉਹ ਗੱਲ ਯਾਦ ਕਰਕੇ ਵੀ ਕਿਸੇ ਟਾਈਮ ਸਾਈਕਲ ਲੈਣ ਨੂੰ ਪੈਸੇ ਹੈ ਨਹੀਂ ਸੀ ਸਾਡੇ ਕੋਲ, ਅਤੇ ਜਿੱਦੇ ਸਾਈਕਲ ਲਿਆਂਦਾ ਸੀ ਸਾਨੂੰ, ਮੈਂ ਨਾ ਅੱਜ ਦੀ ਰੇਂਜ ਰੋਵਰ ਲਾ ਲਓ ਅਤੇ ਉਸ ਟਾਈਮ 'ਚ ਸਾਈਕਲ ਲਾ ਲਓ, ਇੰਨਾ ਚਾਅ ਚੜ੍ਹ ਗਿਆ ਸੀ। ਅੱਜ ਹੁਣ ਉਹ ਟਾਈਮ ਯਾਦ ਕਰਦੇ ਹੁੰਦੇ ਹੋ JP ਵੀਰੇ ਵੀ ਅੱਜ ਤਾਂ ਵੀ ਹੁਣ ਕਿਤੇ JP ਸਿਆਂ ਤੇਰੇ ਨਾਲ ਲੋਕ ਖੜ ਖੜ ਫੋਟੋ ਕਰਾਉਂਦੇ ਨੇ, ਤੈਨੂੰ ਲੋਕ ਬੁਲਾ ਬੁਲਾ ਆਪਣੇ ਪ੍ਰੋਗਰਾਮਾਂ 'ਤੇ ਸਨਮਾਨ ਕਰਦੇ ਨੇ, ਇੱਕ ਟਾਈਮ ਉਹ ਸੀ ਵੀ ਜਦੋਂ ਕੋਈ ਬਾਤ ਵੀ ਨਹੀਂ ਪੁੱਛਦਾ ਹੁੰਦਾ ਸੀ ਘਰ ਦਾ ਬਾਈ, ਹੁੰਦਾ ਹੋਇਆ ਮੇਰੇ ਨਾਲ ਬਾਈ, ਉਦੋਂ ਕੋਈ ਮਾੜੇ ਟਾਈਮ ਬਾਈ ਕੋਈ ਨਹੀਂ ਸਾਥ ਦਿੰਦਾ, ਕੋਈ ਨਹੀਂ ਸਾਥ ਦਿੰਦਾ, ਪਰ ਮੇਰਾ ਨਾ ਮੇਰਾ ਇਹ ਆ ਹੁਣ JP ਇੰਨੇ ਕੁ ਯੋਗਾ ਹੋ ਗਿਆ ਵੀ ਗੁਰੂ ਗੋਬਿੰਦ ਸਿੰਘ ਮੈਡੀਕਲ ਦੇ ਵਿੱਚ ਨਾ ਮੇਰਾ ਪੋਸਟਰ ਲਾਇਆ ਹੋਇਆ ਬਾਈ, 6 ਸਾਲ ਹੋ ਗਏ। ਕਿਸੇ ਨੂੰ ਬਲੱਡ ਦੀ ਜ਼ਰੂਰਤ ਆ, ਕਿਸੇ ਗਰੀਬ ਨੂੰ ਕਿਸੇ ਪੈਸਿਆਂ ਦੀ ਜ਼ਰੂਰਤ ਆ, ਜਿੰਨੇ ਯੋਗਾ JP ਹੋਇਆ ਕਰਦਾ, ਮੈਂ ਇਕੱਲਾ ਨਹੀਂ ਕਰਦਾ ਬਾਈ, ਮੇਰੇ ਨਾਲ ਮੇਰੇ ਭਰਾ ਖੜ੍ਹਦੇ ਆ, ਉਹ ਕਹਿੰਦੇ JP ਸਿਆਂ ਤੂੰ ਕੰਮ ਕਰ, ਮਤਲਬ ਗਰੀਬਾਂ ਦੀ ਮਦਦ ਕਰ, ਅਸੀਂ ਤੇਰੇ ਨਾਲ ਖੜ੍ਹੇ ਹਾਂ। ਮੈਂ ਬਾਈ ਮੁੰਡੇ ਜਿੰਨੇ ਮੇਰੇ ਨਾਲ ਮਤਲਬ ਯਾਰੀ ਦੋਸਤੀ ਵਾਲੇ ਆ, ਹੈ ਨਾ, ਯਾਰ ਤਾਂ ਮੇਰਾ ਇੱਕ ਹੀ ਆ ਵੈਸੇ ਜੱਜ, ਠੀਕ ਹੈ, ਅਤੇ ਬਾਕੀ ਵੀ ਯਾਰ ਆ, ਬਾਕੀ ਆਪਣੇ ਦੁਸ਼ਮਣ ਨਹੀਂ, ਪਰ ਜਿਹੜਾ 24 ਘੰਟੇ ਜਿੰਦ ਜਾਨ ਉਹ ਜੱਜ ਆ ਆਪਣੀ, ਠੀਕ ਹੈ। ਅਤੇ ਤੁਸੀਂ ਲਾ ਲਓ ਸਾਹਿਬ ਵੀ ਮੈਡੀਕਲ ਦੇ ਵਿੱਚ, ਗੁਰੂ ਗੋਬਿੰਦ ਸਿੰਘ ਮੈਡੀਕਲ ਆ ਫਰੀਦਕੋਟ, ਮੈਡੀਕਲ ਦੇ ਵਿੱਚ ਬਲੱਡ ਦੀ ਲੋੜ ਆ, ਆਪਾਂ ਭਲਾਂ ਦੀ ਰਾਤ ਨੂੰ 12 ਵਜੇ ਫੋਨ ਆ ਜੇ, ਠੀਕ ਹੈ, ਮੈਂ ਉਦੋਂ ਹਾਜ਼ਰ ਹੋਣਾ ਹੀ ਹੋਣਾ। ਮੈਡੀਕਲ ਦੇ ਵਿੱਚ ਕਿਸੇ ਮੰਨ ਕੇ ਚਲੋ ਗਰਭਵਤੀ ਔਰਤ ਨੂੰ ਕਈ ਵਾਰੀ, ਕਿਸੇ ਵੀ ਕੋਈ ਗਰੀਬ ਬੰਦਾ ਹੁੰਦਾ ਹੈ ਨਾ ਜਿਹਦਾ ਕੋਈ ਨਹੀਂ ਕੋਈ ਘਰੋਂ ਬਗਲਾ ਹੁੰਦਾ ਵਿਚਾਰੇ, ਜਿਹਦੇ ਕੋਲ ਨਹੀਂ ਪੈਸੇ ਹੁੰਦੇ, ਠੀਕ ਆ, ਅਤੇ ਆਪਾਂ ਜਿੰਨੇ ਜੋਗੇ ਹੁੰਦੇ ਹਾਂ ਆਪਾਂ ਉਹਦਾ ਕਰਕੇ ਆਈਦਾ, ਠੀਕ ਆ। ਫਿਰ ਗੁਰਦੁਆਰਾ ਮਾਤਾ ਕੀਵੀ ਦਾ ਬਣਾਇਆ ਹੋਇਆ, ਉੱਥੇ ਬਈ ਮੇਰਾ ਮਤਲਬ ਮਹੀਨੇ ਬਾਅਦ ਮੈਂ ਨਾ ਮਤਲਬ ਕੰਮ 'ਚੋਂ ਪੈਸੇ ਅੱਡ ਕੱਢਣੇ ਆ, ਜਿਵੇਂ ਇੱਕ ਕੰਮ ਲਾਤਾ ਮਤਲਬ ਇੱਕ ਦਿਹਾੜੀ ਲਾਤੀ, ਦਿਹਾੜੀ ਹੁੰਦੀ ਆ ਬਈ ਸਾਡੀ, ਤਾਂ ਸਾਡੀ ਕਿਹੜਾ ਕੋਈ ਸਰਕਾਰੀ ਨੌਕਰੀ ਆ ਵੀ 60,000 ਤਨਖਾਹ ਲੈਣੀ ਆ, ਠੀਕ ਆ। ਮੇਰੇ 'ਤੇ ਤਾਂ ਕਈ 60-60 ਲੈਣ ਵਾਲੇ ਵੀ ਔਖੇ ਹੋ ਜਾਂਦੇ ਆ ਕਈ ਵਾਰੀ, ਵੀ ਮੰਨ ਕੇ ਚੱਲੋ ਵੀ ਆਪਾਂ ਮੇਰੀ ਮੈਂ ਦਿਹਾੜੀ 'ਚੋਂ 100-200 ਰੁਪਈਆ ਸਾਈਡ 'ਤੇ ਕੱਢਣਾ, ਅਤੇ ਉਹਦੇ 'ਚੋਂ ਮੈਂ ਉੱਥੇ ਫਰੂਟ ਵੰਡ ਕੇ ਆਉਣਾ, ਉਹ ਬਾਬਾ ਨਾਨਕ ਵਟਾਉਂਦਾ ਆਪਾਂ ਤਾਂ ਕੌਣ ਆ, ਇਹ ਪਤਾ ਕਿਸੇ ਨੂੰ? ਹਾਂ ਨਹੀਂ ਮੇਰਾ ਬਈ ਉਹ ਰੂਲ ਹੀ ਹੈ ਨਹੀਂ ਵੀ ਮੈਂ ਉੱਥੇ ਜਾ ਕੇ ਵੀਡੀਓ ਬਣਾਵਾਂ ਅਤੇ ਮੈਂ ਫੋਟੋਆਂ ਖਿੱਚਾਂ ਜਾਂ ਮੈਂ ਸਟੇਟਸ ਆਪ। ਪਹਿਲੀ ਵਾਰ ਦੱਸ ਰਹੇ ਹੋ? ਹਾਂ ਬਈ ਪਹਿਲੀ ਵਾਰੀ।
ਨਹੀਂ ਆਪਾਂ ਇਹ ਦੱਸ ਕੇ ਨਹੀਂ ਬਈ ਪੁੰਨਦਾਨ ਦੱਸ ਕੇ ਨਹੀਂ ਹੁੰਦਾ ਹੁੰਦਾ ਇਹ ਆਪਾਂ ਬਗੈਰ ਦੱਸ ਅੱਛਾ ਚਲੋ ਇਹ ਤਾਂ ਤੁਹਾਡੀ ਚੰਗੀਆਂ ਹੋ ਗਈਆਂ ਵੈਸੇ ਬਈ ਬਾਊਂਸਰ ਬਦਨਾਮ ਬਹੁਤ ਨੇ ਬਦਨਾਮ ਇਸ ਕਰਕੇ ਨੇ ਵੀ ਅਕਸਰ ਯਾਰ ਮੇਲਿਆਂ ਅਖਾੜਿਆਂ ਦੇ ਵਿੱਚ ਬਾਊਂਸਰਾਂ ਨੂੰ ਬੁਲਾਇਆ ਜਾਂਦਾ ਨਾ ਤਾਂ ਅਕਸਰ ਕੰਪਲੇਂਟਾਂ ਆਉਂਦੀਆਂ ਨੇ ਬਾਊਂਸਰ ਪਿੱਛੇ ਤੁਸੀਂ ਦੇਖਿਆ ਵੀ ਹੋਊਗਾ ਕਿ ਬਾਊਂਸਰ ਤੇ ਕੰਪਲੇਂਟ ਹੋ ਗਈ ਸੀ ਕਿਸੇ ਕਲਾਕਾਰ ਦਾ ਮੈਂ ਨਾਂ ਨਹੀਂ ਲੈਂਦਾ ਉਸ ਉਹਦੇ ਨਾਲ ਬਾਊਂਸਰ ਸੀ ਉਹਨੇ ਧੱਕਾ ਮਾਰਤਾ ਸੀ ਤੇ ਉਹ ਧੱਕਾ ਕਿਤੇ ਮੁੰਡੇ ਨੂੰ ਜ਼ਿਆਦਾ ਲੱਗ ਗਿਆ ਉਹਦੇ 60 ਫਿਟ ਲੱਗ ਗਈ ਤੇ ਅਕਸਰ ਇਹ ਬਦਨਾਮੀ ਬਾਊਂਸਰਾਂ ਤੇ ਲੱਗੀ ਹੋਈ ਹੈ ਇੱਕ ਧੱਬਾ ਜਿਹੜਾ ਆ ਉਹ ਬਾਊਂਸਰ ਤੇ ਲੱਗਿਆ ਹੋਇਆ ਵੀ ਬਦਮਾਸ਼ੀ ਕਰਦੇ ਨੇ ਬਾਊਂਸਰ ਕਹਿੰਦੇ ਮੈਦਾਨ ਦੇ ਵਿੱਚ ਆ ਕੇ ਬਦਮਾਸ਼ੀ ਕਰਦੇ ਨੇ ਧੱਕਾ ਮਾਰਦੇ ਨੇ ਤੁਹਾਨੂੰ ਕਿਵੇਂ ਲੱਗਦਾ ਪਰ ਬਈ ਦੇਖੋ ਮੈਂ ਬਾਊਂਸਰ ਭਰਾਵਾਂ ਨੂੰ ਸਮਝਾਉਂਦਾ ਵੀ ਬਈ ਕਿਸੇ ਨੂੰ ਧੱਕੇ ਨਾ ਮਾਰਿਆ ਕਰੋ ਪਿਆਰ ਨਾਲ ਹੈਂਡਲ ਕਰਿਆ ਕਰੋ ਕਿਉਂਕਿ ਚੜਾਉਂਦੇ ਵੀ ਲੋਕ ਆ ਤੇ ਲਾਉਂਦੇ ਵੀ ਲੋਕ ਆ ਚੜਾਇਆ ਵੀ ਉਹਨਾਂ ਲੋਕਾਂ ਨੇ ਹੀ ਹੁੰਦਾ ਜਿਹੜੇ ਫੋਟੋਆਂ ਕਰਾਉਣ ਆਉਂਦੇ ਆ ਤੇ ਲਾਉਂਦੇ ਵੀ ਉਹ ਚੁੱਟ ਗਈ ਜਾ ਫਿਰ ਕਹਿੰਦੇ ਚੱਲ ਫਿਰ ਹੁਣ ਨਹੀਂ ਤੂੰ ਚੱਲਦਾ ਤੇ ਉਹ ਵਾਕਈ ਨਹੀਂ ਚੱਲਦੇ ਬਾਅਦ 'ਚ ਭਮੀਰੀਆਂ ਹੀ ਹੁੰਦੀਆਂ 2-3 ਸਾਲ ਵਾਲੀਆਂ ਬਾਅਦ 'ਚ ਤਾਂ ਬਾਅਦ 'ਚ ਨਹੀਂ ਚੱਲਦੇ ਹਾਂ ਕਿਉਂਕਿ ਬਈ ਜਿਨ੍ਹਾਂ ਨੇ ਚੜਾਇਆ ਜੇ ਆਪਾਂ ਉਹਨਾਂ ਲੋਕਾਂ ਨੂੰ ਧੱਕੇ ਮਾਰ ਲਾਂਗੇ ਰੱਬ ਤਾਂ ਵੇਂਦਾ ਵੀ ਅੱਜ ਇਹਨਾਂ ਨੂੰ ਮਾਰਦਾ ਕੱਲ੍ਹ ਤੈਨੂੰ ਵੀ ਚੱਲ ਸਾਈਡ 'ਤੇ ਘੁੱਗੀ ਕਿੱਥੇ ਤਾਂ ਬਈ ਹੁਣ ਤੁਸੀਂ ਦੱਸੋ ਕਿੱਥੇ ਤਾਂ ਮੰਨ ਕੇ ਚੱਲੋ ਮੇਰਾ ਫੋਨ ਆ ਹੈ ਨਾ ਮੈਂ ਜਦੋਂ ਮਤਲਬ ਮੇਰਾ ਨਾਂ ਹੈ ਨਹੀਂ ਸੀ ਮੈਂ ਕਹਿੰਦਾ ਸੀ ਵੀ ਲੋਕਾਂ ਦੇ ਉੱਤੇ ਫੋਨ ਆਉਣ ਵੀ ਜੇ ਪੀ ਸਿਆਂ ਤੈਨੂੰ ਸਨਮਾਨ ਕਰਨਾ ਜੇ ਪੀ ਸਿਆਂ ਤੈਨੂੰ ਸੱਦਣਾ ਹੈ ਨਾ ਅਤੇ ਕੱਲ੍ਹ ਨੂੰ ਮੈਨੂੰ ਫੋਨ ਆਉਣ ਲੱਗ ਪੈਣ ਮੈਂ ਪਰਮਾਤਮਾ ਤੋਂ ਇੱਕ ਮੰਗ ਕੀਤੀ ਆ ਮੈਨੂੰ ਲੋਕਾਂ ਦੇ ਫੋਨ ਆਉਣ ਕੱਲ੍ਹ ਨੂੰ ਮੈਂ ਮੈਨੇਜਰ ਰੱਖ ਲਾਂ ਵੀ ਫੋਨ ਚੱਕਣ 'ਤੇ ਕੱਲ੍ਹ ਨੂੰ ਬੰਦਾ ਮੇਰਾ ਫੋਨ ਚੱਕ ਕੇ ਕਹੇ ਹੈਲੋ ਹਾਂਜੀ ਜੇ ਪੀ ਸਾ ਬਾਈ ਜੀ ਤਾਂ ਬਿਜ਼ੀ ਨੇ ਉਹ ਗੱਲਾਂ ਮਾੜੀਆਂ ਉਹ ਬਾਬਾ ਨਾਨਕ ਫਿਰ ਪਤਾ ਕੀ ਜਾਂਦਾ ਕਹਿੰਦਾ ਨਹੀਂ ਨਹੀਂ ਤੂੰ ਨਹੀਂ ਇਹ ਲੈਵਲ ਦਾ ਬੰਦਾ ਤੂੰ ਚੱਲ ਸਾਈਡ 'ਤੇ ਤੂੰ ਨਹੀਂ ਸਾਂਭ ਸਕਦਾ ਨਾ ਕਿਉਂਕਿ ਪਹਿਲਾਂ ਬਾਬੇ ਨਾਨਕ ਤੋਂ ਆਪਾਂ ਮੰਗਿਆ ਵੀ ਮੈਨੂੰ ਫੋਨ ਆਉਣ ਮੈਂ ਲੋਕਾਂ ਨਾਲ ਗੱਲਾਂ ਕਰਾਂ ਅਤੇ ਮੈਂ ਲੋਕਾਂ ਦੇ ਜਾਵਾਂ ਜੋ ਲੋਕ ਮੈਨੂੰ ਸੱਦਣ ਕੱਲ੍ਹ ਨੂੰ ਮੈਂ ਮੈਨੇਜਰ ਰੱਖ ਲਾਂ 10,000 'ਤੇ ਮੇਰਾ ਫੋਨ ਆ ਜਿਹੜਾ ਉਹ ਮੈਂ ਹੀ ਚੱਕਦਾ ਹਾਂ ਅੱਛਾ ਬਾਈ ਉਹ ਟਾਈਮ ਯਾਦ ਕਰਦੇ ਹੁੰਦੇ ਹੋ ਵੀ ਯਾਰ ਜੇ ਪੀ ਨੂੰ ਕੋਈ ਨਹੀਂ ਸੀ ਜਾਣਦਾ ਪਿੰਡ ਦੇ ਵਿੱਚ ਵੀ ਸੀ ਕੋਈ ਨਹੀਂ ਜਾਣਦਾ ਇੰਨੀ ਕੁ ਮਾੜੀ ਹਾਲਾਤ ਸੀਗੇ ਅਤੇ ਅੱਜ ਲੋਕ ਖੜਾ ਖੜਾ ਕੇ ਫੋਟੋਆਂ ਕਰਾ ਕੇ ਜਾਂਦੇ ਨੇ ਤੁਹਾਡੇ ਨਾਲ ਵੀ ਇੱਕ ਕੰਮ ਕਹਿੰਦੇ ਨੇ ਵੀ ਖਾਲਾ ਲੱਗਣਾ ਫਲਾਣੇ 'ਤੇ ਕੀ ਕਰੀਏ ਬਈ ਜੇ ਪੀ ਦੀ ਸਿਕਿਉਰਿਟੀ ਬੁਲਾਉਂਦੇ ਹਾਂ ਬਈ ਜੇ ਪੀ ਨੂੰ ਬੁਲਾਉਂਦੇ ਹਾਂ ਆਪਣਾ ਬਾਊਂਸਰ ਲੈ ਕੇ ਆਊਗਾ ਉਹ ਯਾਦ ਕਰਕੇ ਕਦੇ ਆਉਂਦੇ ਨੇ ਅੱਖਾਂ 'ਚ ਹੰਝੂ ਆਉਂਦੇ ਨੇ ਵੀ ਅੱਜ ਟਾਈਮ ਕਰਦੇ ਵੀ ਰਾਤ ਨੂੰ ਇਕੱਲੇ ਬੈਠ ਕੇ ਗੱਲਾਂ ਕਰਦੇ ਹੋ ਫਿਰ ਆਉਂਦੇ ਆ ਬਈ ਆਉਂਦੇ ਆ ਆਉਂਦੇ ਆ ਕਿਸੇ ਟਾਈਮ ਮੈਂ ਕਿਹਾ ਬਾਬਾ ਨਾਨਕਾ ਕਿਸੇ ਟਾਈਮ 100 ਰੁਪਈਏ ਨੂੰ ਸੋਚ ਕੇ ਸੀਗਾ ਵੀ ਯਾਰ ਇੰਨੇ 100 ਰੁਪਈਆ ਆਊ ਕਿੱਥੋਂ ਹੈਂ ਅੱਜ ਬਾਬੇ ਨਾਨਕ ਨੇ ਕਿਰਪਾ ਕੀਤੀ ਵੀ ਬਈ ਮੈਂ ਆਪਦੀ ਮਾਤਾ ਨੂੰ ਪੂਰਾ ਖੁਸ਼ ਰੱਖਦਾ ਪੂਰਾ ਜ਼ਿਆਦੇ ਮਤਲਬ ਮੈਂ ਆਪਦੀ ਮਾਂ ਦੇ ਪੈਰੀ ਹੱਥ ਲਾ ਕੇ ਜਾਣਾ ਕੰਮ 'ਤੇ ਜੇ ਜਾਣਾ ਠੀਕ ਆ ਅਤੇ ਸ਼ਾਮ ਨੂੰ ਆਉਂਦੇ ਸਾਰ ਮਾਤਾ ਨੂੰ ਜੱਫੀ ਪਾ ਕੇ ਮਿਲਣਾ ਅਤੇ 2 ਘੰਟੇ ਆ ਕੇ ਮਾਤਾ ਤੋਂ ਗੱਲਾਂ ਸੁਣਨੀਆਂ ਮੇਰੀ ਮਾਤਾ ਨਾ ਪੰਥ ਪ੍ਰੀਤ ਆਪਣੇ ਹੈਗੇ ਆ ਨਾ ਉਹਨਾਂ ਦੀ ਕਥਾ ਸੁਣਦੇ ਅਤੇ ਇੱਕ ਮਤਲਬ ਢੰਡਰਾਂ ਵਾਲੇ ਬਾਬੇ ਦੀ ਅਤੇ ਆਪਾਂ ਉਹ ਮਾਤਾ ਫਿਰ ਮੈਨੂੰ ਸਮਝਾਉਂਦੀ ਆ ਗੱਲਾਂ ਵੀ ਪੁੱਤ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਕਿਸੇ ਨਾਲ ਗਲਤ ਵਤੀਰਾ ਨਹੀਂ ਕਰਨਾ ਕਿਸੇ ਮਾਂ ਦੇ ਪੁੱਤ ਨੂੰ ਧੱਕਾ ਨਹੀਂ ਮਾਰਨਾ ਕਿਸੇ 'ਤੇ ਰੋਹਬ ਨਹੀਂ ਮਾਰਨਾ ਠੀਕ ਆ ਅਤੇ ਆਪਾਂ ਨਹੀਂ ਬਈ ਨਾ ਹਾਂ ਅੱਛਾ ਬਾਈ ਆਖਰ ਬਿਲਕੁਲ ਆਖਰੀ ਸਵਾਲ ਆ ਦਰਸ਼ਕ ਵੇਖ ਰਹੇ ਨੇ ਤੁਹਾਡਾ ਨੰਬਰ ਵੀ ਆਪਾਂ ਜ਼ਰੂਰ ਦੇਵਾਂਗੇ ਸਿਕਿਉਰਿਟੀ ਵਾਸਤੇ ਅੱਛਾ ਜਿਹੜੇ ਬਾਊਂਸਰ ਤੁਹਾਡੇ ਨਾਲ ਰਹੇ ਨੇ ਜੇ ਕੱਲ੍ਹ ਨੂੰ ਜਿਵੇਂ ਹੁਣ ਬਾਈ ਸੰਘੇ ਦੇ ਅਗੇਂਸਟ ਹੋ ਗਏ ਸੀ ਕੱਲ੍ਹ ਨੂੰ ਸ਼ਾਇਦ ਹੋ ਸਕਦਾ ਤੁਸੀਂ ਅੱਜ ਬੜਾ ਵਿਵਾਕ ਬੋਲਿਓ ਸਿੱਧਾ ਹੀ ਬੋਲਤਾ ਹੋ ਸਕਦਾ ਕੱਲ੍ਹ ਤੁਹਾਨੂੰ ਵੀ ਕੋਈ ਕਹਿਣ ਬਾਈ ਤੂੰ ਸਾਡੇ ਬਾਰੇ ਸਿੱਧਾ ਹੀ ਬੋਲਦਾ ਕਹਿਣਗੇ ਬਾਈ ਥੱਲੇ ਕਮੈਂਟ ਆਉਣਗੇ ਕਹਿੰਗਾ ਦੇ ਵੀ ਜੇ ਪੀ ਐਂ ਬੋਲਦਾ ਪਰ ਜਿਨ੍ਹਾਂ ਨੂੰ ਜੇ ਪੀ ਸਹੀ ਲੱਗਦਾ ਉਹ ਨਹੀਂ ਗਲਤ ਕਮੈਂਟ ਕਰਦੇ ਜੇ ਕਿਸੇ ਨੇ ਐਂ ਕਹਿੰਦਾ ਵੀ ਜੇ ਪੀ ਦੇ ਤਾਂ ਮੈਨੂੰ ਆਹ ਗੱਲ ਵੀ ਪਤਾ ਜੇ ਪੀ ਨੇ ਤੁਹਾਨੂੰ ਦੱਸੀ ਨਹੀਂ ਮੈਂ ਨਾ ਬਾਈ ਮੇਰੇ ਸਾਹਮਣੇ ਫੋਟੋ ਪੇਸ਼ ਕਰ ਦੇਣਾ ਹੋਰ ਦੱਸੋ ਮੈਂ ਨਾ ਬਾਈ ਪੱਕੀ ਨਾ ਆਪਾਂ ਗਲਤ ਕੰਮ ਅੱਜ ਤੱਕ ਕੀਤਾ ਅਤੇ ਨਾ ਕਰਨਾ ਅਤੇ ਨਾ ਕੋਈ ਨਸ਼ੇ ਦਾ ਵੈਲ ਹੈਗਾ ਅਤੇ ਨਾ ਕਰਨਾ ਠੀਕ ਆ ਨਾ ਹਾਂ ਬਹੁਤ ਬਹੁਤ ਧੰਨਵਾਦ ਬਾਈ ਬਹੁਤ ਬਹੁਤ ਚੰਗਾ ਹਾਂ ਠੀਕ ਆ ਨਾ ਬਾਈ ਆਹ ਚੱਕਰ ਆ ਕਿਉਂਕਿ ਮੰਨ ਕੇ ਚਲੋ ਸੰਘਾ ਬਾਈ ਆ ਹੈ ਨਾ ਹੁਣ ਸੰਘੇ ਬਾਈ ਦੇ ਬਹੁਤ ਵਿਚਾਰੇ ਦੇ ਮਾੜੇ ਹਾਲਾਤ ਆਏ ਪਰ ਆਪਾਂ ਨੇ ਵੀ ਬਾਬਾ ਨਾਨਕ ਨਾ ਕੇ ਅਤੇ ਮਾੜਾ ਟਾਈਮ ਲਿਆਵੇ ਹੈ ਨਾ ਪਰ ਉਹ ਮਾੜਾ ਟਾਈਮ ਵੀ ਆਉਂਦਾ ਜੇ ਅੱਜ ਮੰਨ ਕੇ ਚਲੋ ਆਪਣੇ ਘਰ ਡੀ ਜੇ ਲੱਗੇ ਆ ਖੁਸ਼ੀ 'ਤੇ ਠੀਕ ਹੈ ਅਤੇ ਕੱਲ੍ਹ ਨੂੰ ਉੱਥੇ ਵੀ ਗਮੀ ਆਉਣੀ ਆ ਉੱਥੇ ਵੀ ਰੋਣਾ ਆਉਣਾ ਜੇ ਅੱਜ ਸੀ ਐੱਨ ਏ ਤਾਂ ਕੱਲ੍ਹ ਉਹ ਜਗ੍ਹਾ 'ਤੇ ਰੋਣਾ ਵੀ ਬਹਿ ਸਕਦਾ ਹੈ ਨਾ ਪਰ ਉਹ ਯਾਦ ਰੱਖਣਾ ਚਾਹੀਦਾ ਪਰ ਸੰਘੇ ਬਾਈ ਦੇ ਚਲੋ ਮੈਂ ਤਾਂ ਵਾਹਿਗੁਰੂ ਦਾ ਸ਼ੁਕਰ ਕਰਦਾ ਵੀ ਬਾਬੇ ਨਾਨਕ ਨੇ ਪੂਰੀ ਨੇੜੇ ਹੋ ਕੇ ਸੁਣੀ ਆ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਦਾ ਜਿਵੇਂ ਹਾਂ ਵੀ ਪਰਿਵਾਰ ਇਕੱਠਾ ਹੋ ਗਿਆ ਹੁਣ ਉਹਦੇ 2 ਜਵਾਕ ਸੀ ਮੁੰਡਾ ਅਤੇ ਕੁੜੀ ਹੈ ਨਾ ਅਤੇ ਦੇਖੋ ਵਿਚਾਰੇ ਆਪਦੇ ਡੈਡੀ ਨੂੰ ਦੇਖ ਕੇ ਕਿੰਨਾ ਖੁਸ਼ ਹੋਈ ਜਾਂਦੇ ਆ ਹੈ ਨਾ ਪਰਿਵਾਰ ਇਕੱਠਾ ਹੋ ਗਿਆ ਉਹਦਾ ਘਰ ਬਾਨਣਾ ਸ਼ੁਰੂ ਹੋ ਗਿਆ ਬਾਬੇ ਨਾਨਕ ਨੇ ਉਹਨੂੰ ਛੱਤ ਦੇ ਤੀ ਅਤੇ ਕਿੱਥੇ ਕਮਰੇ ਦੀਆਂ ਵਿਚਾਰੇ ਨੇ ਇੱਟਾਂ ਵੀ ਵੇਚਤੀਆਂ ਸੀ ਹੈ ਨਾ ਹਾਲਾਂਕਿ ਮੈਂ ਬਾਈ ਨੂੰ ਜਾਣਦਾ ਨਹੀਂ ਕਿਉਂਕਿ ਬਾਈ ਪਹਿਲਾਂ ਸਿੱਪੀ ਨਾਲ ਰਿਹਾ ਹੈ ਨਾ ਅਤੇ ਉਹ ਟਾਈਮ ਚਲੋ ਆਪਾਂ ਬਹੁਤ ਛੋਟੇ ਸੀਗੇ ਜਦੋਂ ਬਾਈ ਸਿੱਪੀ ਬਾਈ ਨਾਲ ਰਿਹਾ ਹੈ ਨਾ ਅਤੇ ਬਾਈ ਸਿੱਪੀ ਨੇ ਵੀ ਹੈਲਪ ਕੀਤੀ ਉਹਦੀ ਪਰ ਜਿਵੇਂ ਹੁਣ
ਕੱਲ੍ਹ ਮੰਨ ਕੇ ਚਲੋ ਮੇਰੇ ਤੇ ਪਰ ਜਿਹੜੇ ਮੁੰਡੇ ਮੇਰੇ ਨਾਲ ਜਾਂਦੇ ਆ ਬਈ ਮੈਂ ਉਹਨਾਂ ਨੂੰ ਕਦੇ ਆਪਦੇ ਥੱਲੜ ਲਾ ਐਂ ਨਹੀਂ ਕਿਹਾ ਵੀ ਜੇ ਪੀ ਦੀ ਸੀਟ ਆਹ ਅਤੇ ਤੁਹਾਡੀ ਸੀਟ ਉਹ ਆ ਬਰਾਬਰ ਬਣਾਉਣਾ ਬਈ ਮੈਂ ਮੇਰੀ ਮਾਂ ਨੇ ਸਮਝਾਇਆ ਵੀ ਜੇ ਤੂੰ ਜੂਸ ਪੀਣਾ ਹੋਇਆ ਨਾ ਅਤੇ ਨਾਲ ਉਹਨਾਂ ਦਾ ਜੂਸ ਪਹਿਲਾਂ ਹੋਵੇ ਗੱਡੀ 'ਚ ਤੇਰਾ ਬਾਅਦ 'ਚ ਮੇਰਾ ਬਾਅਦ 'ਚ ਕਿਉਂਕਿ ਬਈ ਉਹਨਾਂ ਕਰਕੇ ਹੀ ਮੈਂ ਆ ਅਤੇ ਜੇ ਉਹ ਹੀ ਨਾ ਖੜੇ ਮੇਰੇ ਨਾਲ ਤਾਂ ਫਿਰ ਮੈਂ ਜੇ ਪੀ ਕੀ ਨੇ ਕਹਿਣਾ ਹੈ ਨਾ ਬਹੁਤ ਬਹੁਤ ਧੰਨਵਾਦ ਬਾਈ ਬਹੁਤ ਚੰਗਾ ਲੱਗਾ ਮਿਲ ਕੇ ਮੈਂ ਉਮੀਦ ਕਰਦਾ ਦਰਸ਼ਕਾਂ ਨੂੰ ਵੀ ਵੀਡੀਓ ਚੰਗੀ ਲੱਗੀ ਹੋਊਗੀ ਬਾਈ ਆਪਣਾ ਆਖਰ ਦੇ ਵਿੱਚ ਨੰਬਰ ਜ਼ਰੂਰ ਦੱਸ ਦਿਓ ਮੇਰਾ ਨੰਬਰ ਹੈਗਾ ਬਈ 96469-03000 ਦੁਬਾਰਾ 96469-03000 ਮਿਲਦੇ ਹਾਂ ਫਿਰ ਮੁਲਾਕਾਤ ਕਰਦੇ ਹਾਂ ਉਮੀਦ ਕਰਦਾ ਜਲਦੀ ਮਿਲਾਂਗੇ ਬਾਈ ਬਹੁਤ ਧੰਨਵਾਦ ਸੋ ਉਮੀਦ ਕਰਦਾ ਦਰਸ਼ਕੋ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਕਿਉਂਕਿ ਕਈ ਗੱਲਾਂ ਬੜੀਆਂ ਬੇਬਾਕ ਸੀ ਅਤੇ ਬੜੀਆਂ ਬੋਲਡ ਸੀ ਸਿੱਧੀਆਂ ਕਹਿ ਗਿਆ ਬਾਈ ਉਹ ਕਹਿਣ ਦਾ ਕਾਰਨ ਵੀ ਇਹੀ ਸੀ ਕਈ ਵਾਰ ਬੰਦੇ ਨੂੰ ਬੰਦਾ ਜਦ ਸਿੱਧੀ ਗੱਲ ਮੂੰਹ 'ਤੇ ਕਹਿ ਦੇਵੇ ਨਾ ਤਾਂ ਕੌੜਾ ਜ਼ਰੂਰ ਲੱਗਦਾ ਪਰ ਉਹ ਬਾਅਦ ਦੇ ਵਿੱਚ ਉਹ ਚੀਜ਼ਾਂ ਸੱਚ ਜਦ ਹੁੰਦੀਆਂ ਨੇ ਨਾ ਫਿਰ ਬੰਦੇ ਨੂੰ ਚੰਗਾ ਲੱਗਣ ਲੱਗ ਜਾਂਦਾ ਵੀ ਹਾਂ ਨਹੀਂ ਬੰਦਾ ਕੌੜਾ ਜ਼ਰੂਰ ਕਹਿੰਦਾ ਸੀਗਾ ਸਿੱਧਾ ਮੂੰਹ 'ਤੇ ਜ਼ਰੂਰ ਕਹਿ ਦਿੰਦਾ ਸੀਗਾ ਪਰ ਬੰਦੇ ਦੀ ਗੱਲ ਦੇ ਵਿੱਚ ਦਮ ਜ਼ਰੂਰ ਸੀ ਕੁਛ ਐਸੀਆਂ ਹੀ ਬੇਬਾਕ ਗੱਲਾਂ ਜਿਹੜੀਆਂ ਸੀ ਬਾਈ ਜੇ ਪੀ ਬਾਉਂਸਰ ਨੇ ਤੁਹਾਨੂੰ ਦੱਸੀਆਂ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਕ ਉਹ ਬਾਉਂਸਰ ਦੀ ਕਹਾਣੀ ਦੱਸੀ ਕਿ ਜਿਹੜਾ ਕਦੇ ਪਲ ਪਲ ਦਾ ਮੁਹਤਾਜ ਸੀ ਕਿ ਜਿਹਨੇ ਇੱਕ ਟਾਈਮ ਐਸਾ ਵੀ ਵੇਖਿਆ ਸੀ ਕਿ ਕਿਸ਼ਤਾਂ 'ਤੇ ਸਾਈਕਲ ਲਿਆ ਸੀ ਸਾਈਕਲ ਲੈਣ ਦੇ ਵੀ ਪੈਸੇ ਨਹੀਂ ਸੀ ਉਹ ਵੀ ਕਿਸ਼ਤਾਂ 'ਤੇ ਲਿਆ ਸੀ ਅਤੇ ਅੱਜ ਉਹੀ ਬਾਉਂਸਰ ਉਹੀ ਨੌਜਵਾਨ ਉਹੀ ਮੁੰਡਾ ਗੱਡੀਆਂ ਵੱਡੀਆਂ ਵੱਡੀਆਂ ਦੇ ਵਿੱਚ ਘੁੰਮਦਾ ਜਿਨ੍ਹਾਂ ਦੇ ਕਦੇ ਸੁਪਨੇ ਵੀ ਨਹੀਂ ਸੀ ਵੇਖੇ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਅਸੀਂ ਹੋਰ ਵੀਡੀਓਜ਼ ਸਮੇਂ ਸਮੇਂ ਸਿਰ ਤੁਹਾਡੇ ਤੱਕ ਸਾਂਝੀ ਕਰਦਾ ਰਹੂੰਗਾ ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਵੱਲੋਂ ਦਿਓ ਇਜਾਜ਼ਤ ਧੰਨਵਾਦ